ਨਾ ਮੜਾ ਨਾ ਤੁੰਦ ਲਾਣਾ ਭਗਵਾ ਨਾ ਕਾਚ ਨਾਨਕ ਲਾਲੋ ਲਾਲ ਹਏ ਸੱਚੇ ਰਤਾ ਸੱਚ ਆਪੇ ਹਰ ਕਰਾਂਗਾ ਆਪੇ ਬੌਰੰਗੀ ਜੋ ਤੇ ਸਪਾਵੇ ਲਾਲਕਾ ਸਾਈ ਗੱਲ ਚੰਗੀ ਏਕ ਓਮ ਤੋਂ ਪਸਰੀ ਸਾਰਾ ਵਾਹ ਲਾਖ ਸਦੇ ਹੀ ਮੇਰੇ ਨਾਲ ਲਈ ਪ੍ਰੀਤਮ ਰੂਪਾਣੀ ਬੰਦਾ ਬਣ ਜਾ ਬੰਦਿਆ ਫੈ ਰਹੀ ਗੁਰਬਾਣੀ ਓਏ ਇੱਕ ਓਮ ਤੋਂ ਪਸਰਿਆ ਬ੍ਰਹਮੰਡ ਇਹ ਸਾਰਾ ਲੱਖ ਚਰਾਸੀ ਜੂਨੇ ਇੱਕ ਦਾ ਪਸਾਰਾ ਬੰਦਾ ਬਣ ਜਾ ਬੰਦਿਆ ਕਹਿ ਰਹੀ ਗੁਰਬਾਣੀ ਓ ਕਰੇ ਬੰਦਗੀ ਮੂਲ ਦੀ ਤਾਂ ਸਫਲ ਹੈ ਬੰਦਾ ਹੋ ਕਰਤਾ ਭੁੱਲ ਕੇ ਕਿਰਤ ਵਿੱਚ ਫਸ ਗਿਆ ਤੇ ਗੰਦਾ ਹੋ ਕਿਉਂ ਕੇ ਸਲੂਠਾ ਗਿਰਾਈ ਪੰਜਾਂ ਦੀ ਟਾੜੀ ਬੰਦਾ ਬਣ ਜਾ ਬੰਦਿਆ ਕਹਿ ਰਹੀ ਗੁਰਬਾਣੀ ਮਾਖਾ ਜਾਗਿਏ ਸੁਪਨਾ ਨਹੀਂ ਸੱਚਾ ਪਤਨੀ ਬੱਜੇ ਮਤਲਬੀ ਰਿਸ਼ਤਾ ਸਭ ਕੱਚਾ ਹੋ ਸਭ ਨੂੰ ਇੱਥੇ ਛੱਡ ਜਾਉ ਏ ਜਿੰਦ ਨਿਮਾਣੀ ਬੰਦਾ ਬਣ ਜਾ ਬੰਦਿਆ ਕਹਿ ਰਹੀ ਗੁਰਬਾਣੀ ਸ਼ਿਕ ਕੋਦਾਏ ਦਾ ਹੈ ਪਿਆਰ ਕਮਾਇਆ ਹਰ ਘਟ ਹਰ ਦਾ ਨੂਰ ਉਹਨਾਂ ਨੂੰ ਨજર ਆ ਆ ਉਹ ਨੰਦੇ ਵੀ ਰਵਿੰਦਾਸ ਦੁਰਾਦੀ ਰਮ ਜੇ ਪਛਾਣੀ ਬੰਦਾ ਬਣ ਜਾ ਬੰਦਿਆ ਕਹਿ ਲਈ ਗੁਰਬਾਣੀ ਉਹ ਗੁਰੂ ਗ੍ਰੰਥ ਕੁਰਾਨ ਚਾਹੇ ਪੜ ਬਾਈਬਲ ਗੀਤਾ ਮਜਬਾ ਦੀ ਅਗ ਉਹ ਸੜ ਰਿਹਾ ਅਮੀਤਾ ਓ ਬਾਬਾ ਖੇ ਸ਼ੁਭ ਅਮਲਾ ਬਿਨ ਰੋਏ ਪ੍ਰਾਨੀ ਬਾਬਾ ਖੇ ਬਾਬਾ ਖੇ ਸ਼ੁਭ ਅਮਲਾ ਬਿਨ ਰੋਏ ਪ੍ਰਾਨੀ ਬੰਦਾ ਬਣ ਜਾ ਬੰਦਿਆ ਕਹਿ ਰਈ ਗੁਰਬਾਣੀ ਮਾਰੀ ਜਮਨ ਦਾ ਗੇੜ ਮਕਾ ਲਏ ਸੇਵਾ ਸਿਮਰ ਨਮਸਤਰੀ ਤੇਰੇ ਸੰਗ ਜਾਣੀ ਬੰਦਾ ਬਣ ਜਾ ਬੰਦਿਆ ਕਹਿ ਰਹੀ ਗੁਰਬਾਣੀ ਬੰਦਾ ਬਣ ਜਾ ਬੰਦਿਆ ਕਹਿ ਰਹੀ ਗੁਰਬਾਣੀ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼੍ਰੀ ਨਰੰਕਾਰ ਜੀ ਦੇ ਸਰਗੁਣ ਸਰੂਪ ਸ਼ਬਦ ਅਵਤਾਰ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਵਿੱਚ ਲੈ ਕੇ ਸਰਬੱਤ ਖਾਲਸਾ ਜੀ ਉਹ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੋ ਕੋ ਤਿਆਰ ਕਰ ਪੰਜੋ ਹੀ ਜ਼ੇਰ ਕੀਨੇ ਪੰਜੋ ਪੜੀ ਸੀ ਬਾਣੀ ਪੰਜੋ ਦੀ ਏ ਕੁਕਾਰਾ ਆਬੇ ਹਯਾਤ ਜਿਸ ਕਾ ਮੁਬਤਲਾ ਸੀ ਥਾ ਸਕੰਦਰ ਜੋ ਇਮਤਿਹਾਨ 'ਚ ਉਤਰੇ ਤਿੰਨ ਕੋ ਅਕਲ ਪਲਾਰਾ ਤਾਸੀਰ ਇਸ ਦਵਾ ਕੀ ਅਕਸੀਰੇ ਐਸੀ ਆਈ ਮਰਦੋਂ ਮੇ ਜਾਨ ਆਈ ਚਿੜਿਓ ਨੇ ਬਾਜ਼ ਮਾਰਾ ਉਸ ਸ਼ੁਭ ਘਟਨਾ ਨੂੰ ਜੋ ਸੰਸਾਰ ਵਿੱਚ ਅਲੌਕਿਕ ਹੈ ਆਪੇ ਗੁਰਚੇਲਾ ਸ੍ਰੀ ਕੇਸਗੜ੍ਹ ਨੂੰ ਸਮਰਪਤ ਵਿਸਾਖੀ ਨੂੰ ਇਹ ਰਿਕਾਰਡਿੰਗ ਆਪ ਜੀ ਦੇ ਉਹ ਜਾਣੇ ਪਛਾਣੇ ਆਵਾਜ਼ੇ ਪੰਜਾਬ ਲਖਮੀਰ ਸਿੰਘ ਮਸਤ ਕਾਲਵਾ ਤਰਨਤਾਰਨ ਵਾਲਿਆਂ ਦਾ ਕਵੀਸ਼ਰੀ ਜਥਾ ਜਸਵੰਤ ਸਿੰਘ ਜੀ ਕਰਮੂ ਵਾਲਾ ਸਤਨਾਮ ਸਿੰਘ ਜੀ ਚੀਮਾ ਤੇ ਨਰਵੈਰ ਸਿੰਘ ਪੰਨੂ ਆਪ ਜੀ ਦੇ ਹਾਜ਼ਰ ਨੇ ਗੁਰੂ ਜੀ ਦੀ ਕੀਰਤਿ ਕਰਨ ਲਈ ਆਓ ਕਿਸੇ ਵਿਦਵਾਨ ਸ਼ਾਇਰ ਦੀ ਲੈਣਾ ਕਿ ਕਲਗੀ ਵਾਲਿਆ ਤੇਰੀ ਕਰਨੀ ਨੇ ਸੰਸਾਰ ਦੀ ਕਾਇਆ ਨੂੰ ਕਲਪ ਕਰਕੇ ਰੱਖ ਦਿੱਤਾ ਪ੍ਰਣਾਮ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਇਉਂ ਵਰਜ਼ਨ ਕਲਗੀ ਵਾਲਿਆ ਤੇਰੀਆਂ ਕਰ ਲਿਆ ਲੈ ਸਾਡਾ ਸੰਗ ਐਸੇ ਰੈਬਰ ਜੀ ਦਾ ਜਨਮ ਭਾਵੇਂ ਸ੍ਰੀ ਪਟਨਾ ਸਾਹਿਬ ਵਿੱਚ ਹੈ ਅਤੇ ਜੀਵਨ ਦੀ ਸੰਪੂਰਨਤਾ ਸ੍ਰੀ ਹਜੂਰ ਸਾਹਿਬ ਵਿੱਚ ਹੈ ਪਰ ਦੁਨੀਆ ਦੀ ਤਾਰੀਖ ਵਿੱਚੋਂ ਪਹਿਲੇ ਸੰਸਾਰ ਦੇ ਮਹਾਰੈਬਰ ਨੇ ਜਿਨ੍ਹਾਂ ਦੇ ਪੂਰਵਲੇ ਜਨਮ ਨਾਲ ਸੰਬੰਧਤ ਜਦ ਅੱਜ ਸਿੱਖ ਯਾਤਰੀ ਯਾਤਰਾ ਕਰਦੇ ਨੇ ਤੇ ਯਾਤਰਾ ਸ੍ਰੀ ਹੇਮਕੁੰਡ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਚਾਰ ਤਖਤ ਸਹਿਬਾਨ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨਾਲ ਨੇ ਅਸੀਂ ਪਹਿਲੀ ਕਵਿਤਾ ਵਿੱਚ ਸ੍ਰੀ ਹੇਮਕੁੰਡ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਤੱਕ ਜਿੱਥੇ ਉਹਨਾਂ ਦੇ ਮੁਬਾਰਕ ਕਦਮਾਂ ਨਾਲ ਪਵਿੱਤਰ ਹੋਈ ਧਰਤੀ ਨੂੰ ਨਮਸਕਾਰ ਕਰਨੀ ਹੈ ਉਹ ਕਿ ਉਹਨਾਂ ਦੇ ਜੀਵਨ ਤੇ ਵਿਚਾਰ ਕਰਨੀ ਹੈ ਕਿ ਉਹ ਹਰ ਪੱਖ ਤੋਂ ਕਿਸ ਤਰ੍ਹਾਂ ਸੰਸਾਰ ਦੀ ਸਹਿਯਕਾਰੀ ਵਿੱਚ ਇੱਕ ਅਲੋਕਿਕ ਕ੍ਰਿਸ਼ਮਾ ਬਣੇ ਨੇ ਸਾਧੂ ਟੀ ਐਲ ਵਾਸਵਾਨੀ ਜੀ ਕਿਉਂਕਿ ਦੁਨੀਆ ਦੀ ਹਰ ਕਲਮ ਨੇ ਉਹਨਾਂ ਨੂੰ ਪ੍ਰਣਾਮ ਕੀਤੀ ਹੈ ਉਹ ਕਹਿੰਦੇ ਹੈ ਮਨੁੱਖ ਜੇ ਤੂੰ ਭਗਵਾਨ ਹਜ਼ਰਤੀ ਸਾਹਿਬ حضرت ਮੁਹੰਮਦ ਸਾਹਿਬ ਭਗਵਾਨ ਰਾਮ ਜੀ ਭਗਵਾਨ ਕ੍ਰਿਸ਼ਨ ਜੀ ਤੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤੇ ਉਹ ਇੱਕ ਰੱਬੀ ਕਿਰਸ਼ਮਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਤੋਂ ਉਹ ਸੱਚੇ ਸਤਗੁਰੂ ਜੀ ਜਰਨੈਲੀ ਦੇ ਪੱਖ ਵਿੱਚ ਕਿਵੇਂ ਸਿਖਰ ਨੇ ਮਸੂਮੀਅਤ ਦੇ ਪੱਖ ਵਿੱਚ ਕਿਵੇਂ ਸਿਖਰ ਨੇ ਜਿੱਥੇ ਉਹਨਾਂ ਦੀ ਚਰਨ ਛੋਹ ਨਾਲ ਪਵਿੱਤਰ ਧਰਤੀ ਨੂੰ ਅਸੀਂ ਨਮਸਕਾਰ ਕਰਨੀ ਹੈ। ਉੱਥੇ ਨਾਲ-ਨਾਲ ਉਹਨਾਂ ਦੇ ਵਿਸ਼ੇਸ਼ ਪਹਿਲੂਆਂ ਨੂੰ ਧਿਆਨ ਵਿੱਚ ਲੈ ਕੇ ਉਹਨਾਂ ਨੂੰ ਸਮਰਪਿਤ ਹੋਣ ਵਾਸਤੇ ਇਹ ਨਜ਼ਮ ਕਹੀ ਜਾ ਰਹੀ ਹੈ। ਸਤਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਮਣ ਨੂੰ ਛਾਤ ਕਰਨ ਲਈ ਜਿੱਥੇ ਸੋਨੇ ਦੇ ਤੀਰ ਭੇਜਦੇ ਨੇ ਉੱਥੇ ਨਾਲ-ਨਾਲ ਉਹ ਜਰਨੈਲੀ ਦੀ ਸਿਖਰ ਕਰਨ ਦੇ ਮਸੂਮੀਅਤ ਵਿੱਚ ਵੀ ਐਸੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬਾਪੂ ਨੂੰ ਮਨੁੱਖਤਾ ਦੀ ਕੁਰਬਾਨੀ ਵਾਸਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਹਿੰਦ ਦੀ ਚਾਦਰ ਬੰਨ੍ਹਣ ਵਾਸਤੇ ਵੀ ਭੇਜਦੇ ਨੇ ਔਰ ਇੱਕ ਪਾਸੇ ਭਾਈ ਕਨਈਆ ਜੀ ਨੂੰ ਉਹਨਾਂ ਸਰਗਰਮ ਜੰਗਾਂ ਵਿੱਚ ਆਪਣੇ ਹੱਥੋਂ ਮਰਮ ਤੇ ਪੱਟੀ ਦੇ ਕੇ ਜੋ ਕੇਵਲ ਪਾਣੀ ਪਿਆ ਰਿਆ ਸੀ ਹਰ ਇੱਕ ਕੁਝ ਰੱਬ ਦਾ ਨੂਰ ਵੇਖ ਕੇ ਉਹਨੂੰ ਥਾਪੜਾ ਦੇ ਕੇ ਤੋੜਦੇ ਨੇ ਜੀਦੇ ਨਾਂ ਤੇ ਰੈੱਡ ਕਰਾਸ ਅੱਜ ਦੁਨੀਆ ਪਰ ਵੀ ਚੱਲ ਰਹੀ ਏ ਤੋ ਸਤਿਗੁਰੂ ਸੱਚੇ ਪਾਤਸ਼ਾਹ ਕੁਦਰਤ ਵਿੱਚ दखਲ ਅੰਦਾਜ਼ੀ ਨਾ ਦਿੰਦੇ ਇੱਕ ਮਾਂ ਜੀ ਦੇ ਕਰਮਾ ਵਿੱਚ ਪੁੱਤਰ ਨਹੀਂ ਉਹਦੀ ਗੋਦ ਵਿੱਚ ਬਹਿ ਕੇ ਉਹਦੀ ਰੀਜ ਵੀ ਪੂਰੀ ਕਰ ਦਿੰਦੇ ਨੇ ਭਈ ਕੰਨ ਕਿਤੇ ਮਾਂ ਸੁਣਨ ਤੋਂ ਅਧੂਰੇ ਨਾ ਇਸ ਦੁਨੀਆ ਤੋਂ ਤੁਰ ਜਾਣ ਰਾਣੀ ਮੈਣੀ ਨੂੰ ਮੇਰੇ ਸਤਿਗੁਰੂ ਜੀ ਇੱਕ ਪਾਸੇ ਐਸੇ ਵੱਡੇ ਜਰਨੈਲ ਲੱਖ ਲੱਖ ਨਾਲ ਇੱਕ ਨੂੰ ਲੜਾਉਂਦੇ ਨੇ ਔਰ ਲੱਖਾਂ ਵਿੱਚ ਦੀ ਉਹਨਾਂ ਦਾ ਇੱਕ ਤੀਰ ਲੰਘਦਾ ਔਰ ਦੂਜੇ ਪਾਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸੇਧੇ ਮਲਾ ਨੂੰ ਇਕੀ ਕੋਲਾ ਤਾਰੇ ਜਾਣ ਦਾ ਵੱਡਾ ਇੱਕ ਨਿਗਾਹ ਮਾਨ ਤੇ ਪਿਆਰ ਬਖਸ਼ਿਸ਼ ਵੀ ਕਰਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਤਿੰਨ ਪੀੜੀਆਂ ਦਾ ਕਾਤਲ ਸੀ ਵਕਤ ਦਾ ਹਾਕਮ ਔਰੰਗਜ਼ੇਬ ਤਿੰਨ ਪੀੜੀਆਂ ਦੀ ਕੁਰਬਾਨੀ ਕੀਤੀ ਮੇਰੇ ਮਾਲਕ ਨੇ ਉਹਨਾਂ ਨੂੰ ਪੀਰ 피ਖਨ ਸ਼ਾਹ ਇਸਲਾਮ ਵਿੱਚ ਪੈਦਾ ਹੋਣ ਵਾਲੇ ਸੂਫੀ ਦਰਵੇਸ਼ ਅੱਲਾ ਦੇ ਨੂਰ ਵਿੱਚ ਵੇਖਦੇ ਨੇ ਪੰਡਿਤ ਸ਼ਿਵਦਤ ਜੀ ਰਾਮ ਭਗਵਾਨ ਦੇ ਰੂਪ ਵਿੱਚ ਵੇਖਦੇ ਨੇ ਉਹ ਦੁਨੀਆਂ ਵਿੱਚ ਆਪੇ ਵਿੱਚ ਆਪ ਹੀ ਸਨ कोई प्रमाण सैहदकारी चो नहीं मिल सकदा इस ਲਈ ਪੌਣੇ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਉਹ ਕੁਝ ਕੀਤਾ ਹੈ ਜੋ ਹੈਰਾਨ ਕਰ ਦੇਣ ਵਾਲਾ ਹੈ ਸਭ ਤੋਂ ਛੋਟੇ ਸਮੇਂ ਵਿੱਚ ਵੱਡਾ ਕੰਮ ਤੇ ਕਵੀਸ਼ਰੀ ਕਲਾ ਵਿੱਚ ਸਭ ਤੋਂ ਵੱਡੇ ਸ਼ੰਦ ਨੂੰ ਅਸੀਂ ਕਵੀਸ਼ਰ ਲੋਕ 94 ਕਲੀਆਂ ਕਵਤਾ ਕਹਿੰਦੇ ਆ ਗੁਰੂ ਤੋਂ ਵੱਡਾ ਕਿਸੇ ਦਾ ਜੀਵਨ ਨਹੀਂ 94 ਕਲੀਆਂ ਕਵਤਾ ਤੋਂ ਵੱਡੀ ਕੋਈ ਕਵਤਾ ਨਹੀਂ ਕਵੀਸ਼ਰੀ ਵਿੱਚ ਆਓ ਇਸ ਗੈਰ ਗੰਭੀਰ ਕਵਤਾ ਨਾਲ ਜੁੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਚੁੰਮिए ਜੀ ਉਹਨਾਂ ਵਰਗੇ ਕੇਵਲ ਉਹੀ ਸਨ ਉਹ ਬੋਤ ਅਕਾਲ ਦੇ ਸੀ ਹੇਮਕੁੰਡ ਵਾਸੀ ਪੁਰਖ ਅਬਨਾਸੀ ਪਟਨੇ ਆਏ ਮੰਗੁ ਜਰੀ ਜਾਏ ਉਹਨਾਂ ਦੇ ਪਿਤਾ ਸੀ ਤੇਗ ਬਹਾਦਰ ਉਸ ਨੂਰ ਅਲਾਹੀ ਨੂੰ ਪੀਰ ਇੱਕ ਤੱਕੇ ਨਾ ਭੀਖਣ ਝਗੇ ਖੁਦਾ ਦੀ ਪਾਲ ਸਾਥ ਲੈ ਨਾਲ ਪੰਜਾਬੋਂ ਤੁਰਿਆ ਕਰਨ ਲਈ ਆਦਰ ਵੀਰਾਂ ਦੇ ਪੀਰ ਤਾਂ ਹੀ ਸਾਈ ਜੋਤਿਆ ਗੁਰਾਂ ਬੁਝ ਲਿਆ ਮੈਂ ਅੰਧ ਮਕਾ ਕੇ ਪੰਥ ਸਜਾ ਕੇ ਆਲਮ ਤਾਂ ਹੀ ਵੰਡਾਂਗਾ ਖੇੜਾ ਗੁਰਦਸ਼ਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਤਰਮ ਤੋਂ ਵਾਰ ਅਨੰਦਪੁਰ ਭੁੱਲੇ ਸੱਤਰ ਦੇ ਰੁਲੇ ਵਸੇ ਮੇਰਾ ਦੇਸ਼ ਕਉ ਦੱਸ ਕਿਹੜਾ ਓ ਨਾ ਪੁੱਤਿਆਂ ਮਾਵਾਂ ਦੇ ਬਣੇ ਨਾਰੀ ਪੁੱਤਰ ਦੇ ਤਾਰੀ ਗਾਗਰਾ ਵਿਨਿਆ ਨਾਲ ਸੀ ਤੀਰਾ ਪੁਜ ਪੁਰੀ ਆਨੰਦ ਗੁਰਾ ਪਿਤਾ ਦਾ ਸਾਇਣ ਰਾਜ ਹੰਡਾਇਆ ਮੌਤ ਵਾਲ ਆਪ ਤੋੜਿਆ ਬਾਪ ਦੇਖਦੀਆਂ ਬਦਲਤੀਆਂ ਤਕਦੀਰਾ ਮੈ ਨਹੀਂ ਬਾਪੂ ਦਾ ਅਖੀ ਸਿਰ ਤੱਕ ਸਿੱਖਿਆ ਨਝਾਕ ਰੋਜ ਆ ਕੇ ਮੈਂ ਸਿੰਘ ਬਣਾ ਕੇ ਅਣਖ ਦਾ ਅਗੇ ਤੋ ਗੋਲ ਦਸਨ ਪਿਤਾ ਵਾਂਗੂ ਪਿਤਾ ਪੁੱਤ ਚਾਰੇ ਤਰਮ ਤੋਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁੱਲੇ ਵਸੇ ਮੇਰਾ ਦੇਖ ਕਉ ਦੱਸ ਕਿਹੜਾ ਓ ਉਸ ਤੇਗ ਦੀ ਧਾਰ ਵਿੱਚੋਂ ਪੰਛ ਨਿਰਾਲਾ ਕੀਤਾ ਜਾਲਾ ਕੈਸੇ ਇਹ ਖੇਲਾ ਆਪੇ ਗੁਰ ਚੇਲਾ ਲੱਖੀ ਨਾ ਜਾਏ ਉਹਨਾਂ ਦੀ ਲੀਲਾ ਪੀ ਅਮਰਤ ਖੰਡੇ ਦਾ ਗਿੱਦੜਾ ਖੇਰ ਮਾਰ ਲੈ ਵੇਰ ਹਾਥੀ ਦੇ ਸਿੰਘ ਕੱਢਦਾ ਵਿੰਗ ਬਚਿੱਤਰ ਸਿੰਘ ਦਾ ਗੁਰੂ ਵਸੀਲਾ ਹੋ ਇੱਕ ਲੜਦਾ ਲਖਾ ਲਾ ਛਲੇ ਜਕਾਰ ਨਰਨ ਚੋਹਾਰ ਹੋਲੀ ਤੋਂ ਹੋਲੇ ਬੋਲੀ ਤੋਂ ਬੋਲੇ ਨਿਆਰਾ ਬਣ ਜਾ ਪੀਲੇ ਕੁੱਟ ਜਿਹੜਾ ਗੁਰਦਸ਼ਮ ਪਿਤਾ ਵਾਂਗੂ ਪਿਤਾ ਪੁੱਤ ਚਾਰੇ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਦੇ ਰੁਲੇ ਵਸੇ ਮੇਰਾ ਦੇਸ਼ ਕਉ ਦਸ ਕਿਹੜਾ ਓਸ ਪਿਆਰ ਦੇਸ਼ ਲਈ ਅਨੰਦਪੁਰਵਾਰ ਸਾਰਾ ਪਰਿਵਾਰ ਸਰਸਾ ਦੇ ਕੰਡੇ ਗਏ ਕਿੰਜ ਵੰਡੇ ਨਿਖੜ ਗਏ ਲਾਲ ਟੁੱਟ ਗਈਆਂ ਲੜੀਆਂ ਉਸ ਮੌਤ ਵੇਹੋਂ ਲਈ ਚੱਲੇ ਵਿਛੋੜੇ ਬਣਾ ਕੇ ਜੋੜੇ ਵੱਡੇ ਚਮਕੌਰ ਜੂਝ ਗਏ ਪੌਰ ਪਿਤਾ ਨਾ ਡੋਲਿਆ ਖੁਸ਼ੀਆਂ ਚੜੀਆਂ ਸਰਹੰਦ ਮਸੂਬ ਦਵੇ ਜੀਤਣਾਂ ਨੋਗ ਤੇ ਨਰੋਏ ਪਾਪ ਜੜ ਹਿੱਲੂ ਏ ਕਾੜ ਮਰੇੜਾ ਗੁਰਦਸ਼ਮਬਤ ਦਾ ਵਾਂਗੂ ਪਿਤਾ ਪੁੱਤ ਚਾਰ ਤਰਮਤੋਂ ਵਾਰ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਉ ਦੱਸ ਕਿਹੜਾ ਓ ਮਖਮਲ ਤੇ ਸੋਣ ਵਾਲਾ ਯਾਰ ਸੋਣ ਵਾਲਾ ਸੱਥਰ ਤੇ ਗਾਵੇ ਯਾਰ ਰਜਾਵੇ ਮਰੀ ਦਾ ਹਾਲ ਮੈਂ ਹਾਂ ਖੁਸ਼ਹਾਲ ਇੱਕ ਇੱਕ ਕਰਕੇ ਕਰਜਾ ਲਾਇਆ ਕਿਤੇ ਰਾਏ ਕੋਟ ਪੁੱਜ ਕੇ ਪੁੱਤਰ ਦੋ ਛੋਟੇ ਹੋਏ ਕੰਜ ਟੋਟੇ ਮਾਹੀ ਰੋ ਕਹਿੰਦਾ ਨੀ ਰਸੀ ਵੈਂਦਾ ਪੱਥਰ ਵੀ ਰੋਏ ਨਾ ਦਿਲ ਕਬਰ ਆਇਆ ਓ ਸਾਨੂੰ ਲਿਖੇ ਰੰਗੇ ਨੂੰ ਮੇਰੇ ਪੁੱਤ ਮਾ ਨਾ ਬਹੀ ਵਸਾਰ ਕੁੰਡਲੀ ਆ ਆ ਕੀ ਛੱਡੂ ਨਾ ਬੰਦਿਆ ਜੁਲਮਨ ਬਹੁ ਆ ਖੇੜਾ ਗੁਰਦਸ਼ਮਬੇਤਾ ਵਾ ਨੂੰ ਪਿਤਾ ਪੁੱਤ ਚਾਰ ਤਰਮਤੋਂ ਵਾਰ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਖ ਕਉ ਦੱਸ ਕਿਹੜਾ ਔਕਦੇ ਸੈਦ ਖਾਨ ਵਰਗੇ ਨੈਣਾਂ ਦੀ ਮਾਰ ਨਾ ਸਕੇ ਸਹਾਰ ਜੋ ਭੁਲਕੇ ਟੁੱਟੇ ਅਰਣ ਵਿੱਚ ਜੁੱਟੇ ਮਹਾ ਸਿੰਘ ਵਰਗੇ ਲਾਲ ਚਰਨੀ ਕਿਤੇ ਭੁੱਲੇ ਵੈਰਾਗੀ ਨੂੰ ਸੇ ਬੰਦਾ ਬਣਾਇਆ ਜ਼ੁਲਮ ਕੰਬਾਇਆ ਕਲਮ ਜੇ ਫੜੀ ਸ ਕਿਸਮਤ ਘੜੀ ਸੈਤ ਵਿੱਚ ਹੈ ਸਿ ਨਿਆਰੀ ਕਰਨੀ ਹੋ ਮੇਰੇ ਯਾਰ ਬੜੇ ਮਲਾਈ ਕਨਈਏ ਥਾਪੇ ਮਲਾ ਕੋਈ ਮਾਪੇ ਜਾਏ ਕਿ ਜੋੜੇ ਮੂਲ ਨਾਲ ਜੋੜੇ ਬਣਾਇਆ ਦਿਲ ਮੱਖਣ ਦਾ ਪੇੜਾ ਗੁਰਦਸਨ ਬਿਦਾਵੈ ਨੂੰ ਪਿਤਾ ਪੁੱਤ ਚਾਰੇ ਤਰਮ ਦੁਆਰੇ ਆਨੰਦ ਭਰ ਭੁੱਲੇ ਸੱਤਰ ਦਿਨ ਲੇ ਵਸੇ ਮੇਰਾ ਦੇਸ਼ ਕਉ ਦੱਸ ਕਿਹੜਾ ਆ ਜੀ ਬਾਈ ਤਾਂ ਦਿੱਲ ਤਿੰਨ ਪੀੜੀਆਂ ਦਾ ਰੰਗਾ ਹਰਿਆ ਮੌਤ ਮੂ ਪਰਿਆ ਗੁਰੂ ਵਜੇ ਤਾ ਆਜ਼ਾਦੀ ਨੇਤਾ ਪੀੜੀਆਂ ਤਿੰਨਾ ਦਾ ਖੂਨ ਵਹਾ ਗਏ ਅਰਜਣ ਦੇ ਤੀਰ ਅਤੇ ਭੀਮ ਦੀ ਗਦਾ ਜາດ ਜੋ ਸਦਾ ਕ੍ਰਿਸ਼ਨ ਦੇ ਚੱਕਰ ਸੱਬੇ ਹੀ ਫਕਰ ਕਰੂ ਜਗ ਯਾਦ ਜੋ ਕਰ ਦਿਖਲਾ ਗਏ ਉਹ ਸ਼ਹਦਤ ਲਈ RAM ਉਹ ਬਦੂਸ਼ਾ ਲਈ ਖਲਾਵੰਦ ਸਹੀ ਵਸੇ ਵਿੱਚ ਪੰਥ ਜੋਤ ਗੁਰੂ ਗ੍ਰੰਥ ਦੱਸ ਕੇ ਮਸਤ ਮਗਾ ਗਏ ਜਿਹੜਾ ਗੁਰਦਸ ਨਬੀ ਦਾ ਵੈਨੂ ਪਿਤਾ ਪੁੱਤ ਚਾਰ ਤਰਮ ਤੋਵਾਰੇ ਅਨਦਪੁਰ ਭੁੱਲੇ ਸੱਤਰ ਦੇ ਲੁਲੇ ਵਸੇ ਮੇਰਾ ਦੇਸ਼ ਗੁਰਦਸ ਕਿਹੜਾ ਐਸੇ ਮਹਾਬਲੀ ਸਤਗੁਰੂ ਜੀ ਦੇ ਜੀਵਨ ਦਾ ਇੱਕ ਉਹ ਵੱਡਾ ਉਪਕਾਰੀ ਚੋਜ ਬਾਕੀ ਦੇ ਸਮੇਂ ਵਿੱਚ ਆਪ ਜੀ ਦੇ ਹਾਜ਼ਰ ਹੈ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਮਨ ਰੱਖਣ ਲਈ ਆਪਣੇ ਗਵਾਂਢੀ ਅਨੰਦਪੁਰ ਦੇ 22 ਧਾਰ ਪਹਾੜੀਆਂ ਨੂੰ ਬਹੁਤ ਪੇਸ਼ਕਸ਼ਾਂ ਕੀਤੀਆਂ ਕਿ ਅਸੀਂ ਰਲ ਕੇ ਦੇਸ਼ ਨੂੰ ਆਜ਼ਾਦ ਕਰੀਏ ਪਰ ਹਰ ਗੱਲ ਤੇ ਉਹ ਇਸ ਲਈ ਔਟਕਾ ਬਣਦਾ ਰਿਹਾ ਕਿਉਂਕਿ ਸਤਿਗੁਰੂ ਨੀਵਿਆਂ ਨੂੰ ਉੱਚਿਆਂ ਕਰਨ ਲਈ ਅੰਮ੍ਰਿਤ ਦੀ ਦਾਤ ਦੀ ਤਿਆਰੀ ਕਰਨ ਸਮੇਂ ਵੀ ਤੇ ਅੰਮ੍ਰਿਤ ਬਖਸ਼ਿਸ਼ ਕਰਨ ਤੋਂ ਬਾਅਦ ਵੀ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਜਿਹਦੇ ਵਿੱਚ ਕੋਈ ਜਾਤੀ ਨਹੀਂ ਕੋਈ ਸ਼ੂਤ ਸ਼ਾਤ ਨਹੀਂ ਕੋਈ ਊਚ ਨੀਚ ਨਹੀਂ ਤੋ ਬਾਈ ਤਾਰ ਪਹਾੜੀਏ ਕਈ ਵਾਰੀ ਕਈ ਪੁਆਇੰਟਾਂ ਤੇ ਗੁਰੂ ਨੂੰ ਮਿਲਣਾ ਵੀ ਚਾਉਂਦੇ ਸਨ ਪਰ ਇੱਥੇ ਆ ਕੇ ਟਕਾ ਬਣਦਾ ਕਿ ਅਸੀਂ ਉੱਚੇ ਰਾਜਪੂਤ ਹਾਂ ਅਸੀਂ ਮਹਾਰਾਜੇ ਹਾਂ ਅਸੀਂ ਇਨ੍ਹਾਂ ਕਮਿਹਾਰਾਂ ਚਮਿਹਾਰਾਂ ਸ਼ੀਮਿਆਂ ਜੁਲਾਈਆਂ ਜਿਹੜੀਆਂ ਜਾਤਾਂ ਨੂੰ ਗੁਰੂ ਨੇ ਚੁੱਕਿਆ ਇਹਨਾਂ ਨਾਲ ਰਲ ਕੇ ਬੈਠ ਨਹੀਂ ਸਕਦੇ ਤੋ ਇੱਕ ਵਾਰੀ ਉਹਨਾਂ ਨੇ ਆਪਣੀ ਹਿੰਦੀ ਲੈਂਗੁਏਜ ਵਿੱਚ ਫੈਸਲਾ ਕਰਨ ਲਈ ਗੁਰੂ ਨੂੰ ਇੱਕ ਖੱਤ ਲਿਖਿਆ ਜਿਹਦੇ ਤੋਂ ਵੱਡੀ ਲੜਾਈ ਦਾ ਆਰੰਭ ਹੋਇਆ ਉਹਨਾਂ ਕਹਿਆ ਰਾਜਨ ਕੇ ਗੁਰੂ ਬਣੋ ਤਾਜ ਕੋਟ ਕਾ ਕੇ ਸੀਸ ਤਖਤ ਤਮਾਮ ਵੀ ਹਜੂਰ ਕੇ ਹਵਾਲੇ ਹੈ ਕਿਲੇ ਕੋਟ ਮੰਦਰ ਚਵਾਰੇ ਉੱਚੇ ਲੋਗਨ ਸੋਂ ਕਰੋ ਸਵੀਕਾਰ ਜਾਂ ਕੀ ਸੁੰਦਰ ਦੀਵਾਲੇ ਹੈ ਬੜੇ ਬੜੇ ਜੋਧੇ ਬੀਰ ਜੰਗ ਕੇ ਜਤਈਏ ਪਲੀ ਕਾਲ ਕੇ ਸਮਾਨ ਜੰਗ ਕੇ ਹੱਥ ਮੇ ਪਾਲੇ ਹੈ ਹੁਣ ਵੇਖੋ ਮੇਰੇ ਪਾਦਸ਼ਾਹੀ ਇਸ ਰਏ ਦੇ ਮੁਤਾਬਕ ਅੱਗੇ ਉੱਤਰ ਦੇਣ ਦੀ ਅਵਸਥਾ ਕਿਉਂਕਿ ਸਤਗੁਰੂ ਤੇ ਨੀਵਿਆਂ ਨੂੰ ਉੱਚਿਆਂ ਚੁੱਕਣ ਲਈ ਆਏ ਸਨ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਿਮੋਸੋ ਗਰੀਬ ਕਰੋੜ ਪਰੇ ਹੈ ਉਹ ਤੇ ਇਹ ਲਕਸ਼ ਲੈ ਕੇ ਆਏ ਸੀ ਜੜੀਆਂ ਕੋਲੋਂ ਬਾਜ ਤੜਾਉਂ ਗਿੱਦੜਾਂ ਕੋਲੋਂ ਸ਼ੇਰ ਮਰਾਉਂ ਸਵਾ ਲਾਗ ਸੇਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਉ ਉਹਨਾਂ ਉੱਤਰ ਕੀ ਲਿਖਿਆ ਜਰਾ ਧਿਆਨ ਦਿਓ ਮਹਾਰਾਜ ਕਹਿੰਦੇ ਤਾਜਵਾ ਤਖਤ ਸਭ ਮੇਰੇ ਦਰਕਾਰ ਨਾਹੀਂ ਮੈਂ ਤੋ ਖੁਸ਼ ਹੂੰ ਕਰ ਆਪਣਾ ਲਟਾਏ ਕੇ ਸੋਨੇ ਨਹੀਂ ਆਇਆ ਮੈਂ ਫੁੱਲਨ ਕੀ ਸੇਜੋਂ ਪਰ ਮੈਨੇ ਸੋਨਾ ਬਨ ਸੇ ਜਾਂ ਕਾਂਟੋ ਕੀ ਵਿਛਾਏ ਕੇ ਮੈਂ ਨੰਦਪੁਰ ਦਾ ਰਾਜ ਵੀ ਇਸ ਗੁਲਾਮ ਦੇਸ਼ ਬਰਬਾਦ ਤੋਂ ਆਪਣਾ ਕੁਰਬਾਨ ਕਰਾਂਗਾ ਮੈਂ ਫੁੱਲਾਂ ਦੀਆਂ ਸੀਜਾਂ ਛੱਡ ਕੇ ਕੰਡਿਆਂ ਉੱਤੇ ਸੋਨਾ ਪ੍ਰਵਾਨ ਕਰਾਂਗਾ ਸੋਨੇ ਨਹੀਂ ਆਇਆ ਮੈਂ ਫੁੱਲਾਂ ਕੀ ਸੀਜੋਂ ਪਰ ਮੈਨੇ ਸੋਨਾ ਬਨ ਸੀਜਾਂ ਕਾਂਟੋ ਕੀ ਬਿਛਾਏ ਕੇ ਹਿੰਦ ਕੇ ਤਮਾਮ ਹਿੰਦੂ ਖੁਸ਼ੀਆਂ ਸੇ ਫਲੇ ਫੁੱਲੇ ਮੈਨੇ ਤੋਂ ਮਨਾਨੀ ਖੁਸ਼ੀ ਬੇਟੇ ਕਟਵਾਏ ਕੇ ਜੜੀਓ ਉਸੇ ਬਾਜ ਕਾ ਸ਼ਿਕਾਰ ਹੈ ਕਰਾਣਾ ਅਬ ਦੋ ਦੋ ਕੁੱਟ ਇੱਕ ਇੱਕ ਚਿੜੀ ਕੋ ਪਲਾਏ ਕੇ ਇਹ ਲਕਸ਼ਵਾਸਤੇ ਮੇਰੇ ਸਤਿਗੁਰੂ ਜੀ ਜੂਝਦੇ ਨੇ ਬਾਈ ਤਾਰ ਹਰ ਮੁਹਿੰਮ ਵਿੱਚ ਹਾਰਦੇ ਨੇ ਖੂਨੀ ਹਾਥੀ ਭੇਜ ਕੇ ਲੋਹਗੜ੍ਹ ਦਾ ਕਿਲਾ ਤੋੜਨ ਵਾਲਾ ਉਹਨਾਂ ਨੇ ਅਡੰਬਰ ਵੀ ਅਸਫਲ ਹੋਇਆ ਆਖਰ ਹਾਰੇ ਹੋਏ ਬਾਈ ਤਾਰ ਪਹਾੜੀਏ ਆਪਣੀ ਹੰਕਾਰ ਦੀ ਪੂਰਤੀ ਵਾਸਤੇ ਦਿੱਲੀ ਦਰਬਾਰ ਅੱਗੇ ਚੁੱਕਦੇ ਨੇ ਉਹਨਾਂ ਹਗਾਮੀ ਕੀਤੀ ਮੀਟਿੰਗ ਉਹਦੇ ਵਿੱਚ ਇੱਕ ਲਿਖਿਆ ਖਤ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਹਦੇ ਵਿੱਚ ਉਹ ਸਾਰੇ ਵਾਕਿਆਤ ਨੂੰ ਝੂਠਾ ਬਣਾ ਕੇ ਮਸਾਲਾ ਲਾ ਲਾ ਕੇ ਔਰੰਗਜ਼ੇਬ ਨੂੰ ਅੱਗ ਲਾਉਣ ਲਈ ਗੁਰੂ ਦੇ ਖਿਲਾਫ ਸਤਗੁਰੂ ਜੀ ਦੇ ਖਿਲਾਫ ਕਿਵੇਂ ਔਰੰਗਜ਼ੇਬ ਨੂੰ ਕਰਦੇ ਨੇ ਤੇ ਦਿੱਲੀ ਤੋਂ ਮਦਦ ਮੰਗਦੇ ਨੇ ਨਾਲੇ ਸੰਕੇਤ ਲਿਖ ਰਹੇ ਨੇ ਕਿ ਅਸੀਂ ਬਹੁਤ ਤੇਰੇ ਰਾਜ ਨੂੰ ਉੱਤਰੀ ਭਾਰਤ ਨੂੰ ਇੰਜ ਮਜ਼ਬੂਤ ਕਰਨ ਲਈ ਸ਼ੈਨਸ਼ਾਹ ਹਿੰਦ ਯਤਨ ਕੀਤਾ ਹੈ ਪਰ ਅਸਫਲ ਹਾਂ ਜੇ ਤੇ ਉੱਤਰੀ ਭਾਰਤ ਨੂੰ ਆਪਣੇ ਰਾਜ ਗਣ ਰਾਜ ਦਾ ਹਿੱਸਾ ਵੇਖਣਾ ਚਾਹੁੰਦਾ ਹੈ ਤੇ ਫਿਰ ਦਿੱਲੀ ਤੋਂ ਵੱਡੀ ਮਤ ਭੇਜਣੀ ਪੈਗੀ ਭਾਈ ਸੁਣੋ ਸਤਗੁਰੂ ਜੀ ਦੀ ਸੱਚੀ ਰਮਜ਼ ਨੂੰ ਨਾ ਸਮਝ ਕੇ ਦਿੱਲੀ ਦੀ ਝੋਲੀ ਚੁੱਕ ਉਹ ਰਾਜੇ ਗੁਰੂ ਦੇ ਖਿਲਾਫ ਚਿੱਠੀ ਕਿਵੇਂ ਲਿਖਦੇ ਨੇ ਇਹ ਵਰਦ ਕੀਤਾ ਜਾ ਰਿਹਾ ਸਬਰ ਵਾਲੇ ਪਹਾੜੀ ਰਾਜੇ ਲਿਖ ਦੇ ਦਿੱਲੀ ਦੇ ਸ਼ਾਨ ਨੂੰ ਕਰ ਹਿੰਮਤ ਹੁਣੇ ਸੰਭਾਲੋ ਨੰਦਪੁਰੀਏ ਬੇਪਰਵਾ ਨੂੰ ਉਹ ਸੱਚ ਖੋ ਰਸਣਾਵਾ ਤਾਲੂ ਸਾਡੇ ਵਾਂਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਓ ਉਸਮਾਨ ਤਮਾਰੇ ਲਲਕਾਰੇ ਕਠਿਆਂ ਕਰ ਯਾਦ ਕੁਜਾਤਾ ਉਸ ਭਰਤੀ ਕਰ ਲੈ ਸਾਰੇ ਹੋ ਰੇ ਜਵੇ ਕਰੇ ਨਗ ਚੰਗੀ ਸਮਝੋ ਸਰਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਦਿੱਲੀ ਦਰਬਾਰ ਨੂੰ ਖਤਰਾ ਓਏ ਨੇਤ ਖਾਰ ਖਡਾਵੇ ਹੋ ਆਪ ਸਬਸ ਦੇ ਮੂਰੇ ਕੋਈ ਨੀ ਕਰਦਾ ਕੱਢ ਤੇਗ ਮਿਆਂ ਨੂੰ ਕੂਰੇ ਹੋਏ ਅਸਲੇ ਤਾਂ ਤਿੰਨ ਤੱਕ ਕੇ ਹੈ ਬਾਈ ਧਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਲਾ ਤੋਂ ਦਿੱਲੀ ਦਰਬਾਰ ਨੂੰ ਖਤਰਾ ਮੈਂ ਵੈਰ ਪਿਤਾ ਦਾ ਲੈਣਾ ਉਹ ਨੇਤ ਦੀਵਾਨ ਚ ਕਹਿੰਦਾ ਬੇਣੇ ਖਾਦੀ ਹੱਥ ਕਰਾਰਾ ਉਠੋ ਹੋ ਜੋ ਸਾਰੇ ਉਹ ਹੈ ਸਭ ਨੂੰ ਸਮਝਾਉਂਦਾ ਹੋਇ ਸੁਝੂ ਦਿਲ ਸੇਕ ਬਣਾ ਲੈ ਸਾਡੇ ਸਤਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਉਹ ਸਾਡੇ ਸਭ ਰਸਤੇ ਰੋਕੇ ਅਸੀਂ ਡਰਦੇ ਸਹਿਰ ਬੜੇ ਹੰਕਾਰੇ ਨਿਤ ਗੌਣ ਮੋਤ ਦਾਸ ਹੋ ਸਰੇ ਦੇ ਸ਼ੈਨ ਸ਼ਾਹ ਹਿੰਦ ਔਰੰਗਜ਼ੇਬ ਕੋਲ ਉਹਨੇ ਬੜੀ ਗੰਭੀਰਤਾ ਨਾਲ ਪੜਿਆ ਸਾਰੇ ਪਹਿਲੂਆਂ ਨੂੰ ਵਿਚਾਰਿਆ ਉਹ ਬੜੀ ਅੱਛੀ ਤਰ੍ਹਾਂ ਜਾਣਦਾ ਸੀ ਵੀ ਮੇਰੇ ਪਿਤਾ ਨੇ ਇਸੇ ਗੁਰੂ ਦੇ ਦਾਦੇ ਕੋਲੋਂ ਚਾਰ ਵਾਰੀ ਹਾਰ ਖਾਧੀ ਹੈ ਅਤੇ ਚਾਰ ਪੰਜ 6 ਵਾਰੀ ਹੁਣ ਤੱਕ 22 ਧਾਰ ਪਹਾੜੀਏ ਤੇ ਇਲਾਕੇ ਦੇ ਸੂਬੇਦਾਰ ਹਾਰ ਚੁੱਕੇ ਨੇ ਇਹ ਨਾਨਕ ਦੀ ਗੱਦੀ ਹੈ ਉਹ ਇਹ ਵੀ ਜਾਣਦਾ ਸੀ ਕਿ ਮੇਰੇ ਬਜ਼ੁਰਗ ਬਾਬਰ ਨੂੰ ਬਾਬੇ ਨਾਨਕ ਨੇ ਪਾਤਸ਼ਾਹੀਆਂ ਦਾ ਵਰਦਾਨ ਦਿੱਤਾ ਹੈ ਇਹਦੇ ਨਾਲ ਟਕਰਾਉਣਾ ਖਤਰੇ ਤੋਂ ਖਾਲੀ ਨਹੀਂ ਉਹਨੂੰ ਇਹ ਪਤਾ ਸੀ ਕਿ ਮੈਂ ਇਸੇ ਪੀਰ ਦੇ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਤਲ ਕੀਤਾ ਹੈ ਪਰ ਉਹਦੇ ਵਿਦਰੋਹ ਵਿੱਚ ਪੁੱਤਰੀ ਭਾਰਤ ਖਾਸ ਕਰ ਤੇ ਪੂਰਾ ਦੇਸ਼ ਜਿਹੜਾ ਉਹ ਖੜਾ ਹੋ ਚੁੱਕਿਆ ਹੈ ਪਰ ਕੋਈ ਵੀ ਬਾਦਸ਼ਾ ਆਪਣੀ ਸਲਤਨਤ ਨੂੰ ਖਤਰੇ ਵਿੱਚ ਤੇ ਵੇਖ ਨਹੀਂ ਸਕਦਾ ਆਖਰੀ ਦਾਤ ਤੱਕ ਲਾਉਣਾ ਉਹਦਾ ਇੱਕ ਨਿਯਮ ਹੁੰਦਾ ਹੈ ਉਹਨੇ ਆਪਣੇ ਪਰਖੇ ਹੋਏ ਜਰਨੇਲਾਂ ਦੀ ਇੱਕ ਸਭਾ ਬੁਲਾ ਲਈ ਉਸ ਬੁਲਾਈ ਹੋਈ ਸਭਾ ਵਿੱਚ ਉਹਨੇ ਮੰਚ ਤੇ ਪਾਨਾਂ ਦਾ ਵੀੜਾ ਰੱਖਿਆ ਸਰਰ ਕਰਦੀ ਤਲਵਾਰ ਮਿਆਨ ਚੋਂ ਕੱਢ ਕੇ ਉਸ ਮੰਚ ਉਤੇ ਰੱਖ ਦਿੱਤੀ ਉਹਨੇ ਕਿਹਾ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਬਨਣ ਵਾਲੇ ਮੇਰੇ ਪ੍ਰਾਨਾਂ ਤੋਂ ਪਿਆਰੇ ਮੇਰੇ ਜਰਨੇਲੋ ਤੁਹਾਡਾ ਸਿਰ ਸਦਕਾ ਵਿਸ਼ਵ ਦੇ ਨਕਸ਼ੇ ਵਿੱਚ ਭਾਰਤ ਗਣਰਾਜ ਸਭ ਤੋਂ ਵੱਡਾ ਦੁਨੀਆ ਵਿੱਚ ਅੱਜ ਚੱਲ ਰਿਹਾ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਤੁਸੀਂ ਵੱਡੀਆਂ-ਵੱਡੀਆਂ ਮਹਿਮਾ ਸਰ ਕੀਤੀਆਂ ਨੇ ਤਰੀਫਾਂ ਦੇ ਪੁੱਲ ਬੰਨਣ ਤੋਂ ਬਾਅਦ ਉਹਨੇ ਕਿਹਾ ਉੱਤਰੀ ਭਾਰਤ ਵਿੱਚ ਇੱਕ ਫਕੀਰਾਂ ਦੇ ਟੋਲੇ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ ਜਦੋਂ ਉੱਤਰੀ ਭਾਰਤ ਦਾ ਨਾਮ ਆਇਆ ਬਹੁਤੇ ਜਰਨੇਲਾਂ ਨੇ ਸਮਝ ਲਿਆ ਕਿ ਨਿਸ਼ਾਨਾ ਕਿੱਥੇ ਜਾ ਰਿਹਾ ਹੈ ਤੇ ਡਰਦੇ ਉਹ ਵੀ ਸੰਗੁਰੂ ਨਾਨਕ ਦੀ ਗੱਦੀ ਤੋਂ ਉਹ ਨੀਵੀਆਂ ਪਾ ਕੇ ਸੋਚ ਰਹੇ ਸਨ ਤੇ ਵਕਤ ਦਾ ਬਾਦਸ਼ਾਹ ਔਰੰਗਜ਼ੇਬ ਉਹ ਜਾਣਦਾ ਸੀ ਭਈ ਉਹਨੇ ਗੁਰੂ ਤੇਗ ਬਹਾਦਰ ਦਾ ਸਿਰ ਕੱਟਣ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਦੇ ਸਮੇਂ 7ਵੇਂ ਪਾਤਸ਼ਾਹ ਦੇ ਸਮੇਂ RAM RAJ ਜੀ ਨੂੰ ਹੀ ਆਪਣੇ ਕੋਲ ਸੱਦਿਆ ਸੀ ਪਰ ਇਹ ਗੁਰੂ ਨਾਨਕ ਦੀ ਗੱਦੀ ਟਸ ਤੋਂ ਮਸ ਨਹੀਂ ਹੋਈ ਜੇ ਇਹਦੇ ਪ੍ਰਭਾਵ ਵਿੱਚ RAM RAJ ਨੇ ਗੁਰਬਾਣੀ ਦੀ ਤੁਕ ਬਦਲੀ ਤੇ ਉਹਨੂੰ ਇਹ ਅੱਛੀ ਤਰ੍ਹਾਂ ਪਤਾ ਸੀ 7ਵੇਂ ਪਾਤਸ਼ਾਹ ਨੇ ਮੱਥੇ ਨਹੀਂ ਲਾਇਆ ਔਰ ਇਸੇ ਔਰੰਗਜ਼ੇਬ ਨੇ ਮਦਦ ਕਰਕੇ ਜਿਹਨੂੰ ਅੱਜ ਡੇਰਾ ਧੂਨ ਆਖਦੇ ਆ ਉਹ ਡੇਰਾ ਬਣਾਇਆ ਉਸ ਧੂਨ ਵਿੱਚ ਆਪਣੀ ਜ਼ਗੀਰ ਦੇ ਕੇ ਗੁਰੂ ਨਾਨਕ ਦੀ ਗੱਦੀ ਦੇ ਖਿਲਾਫ ਲੋਕਾਂ ਨੂੰ ਜੋੜਨ ਲਈ ਰਾਮ ਰਾਇ ਨੂੰ ਉੱਥੇ ਬਹਾਲ ਕੀਤਾ ਇਹ ਸਭ ਕੋ ਜੋ ਜਾਣਦਾ ਸੀ ਇਸ ਦੇ ਬਾਵਜੂਦ ਵੀ ਉਹ ਗੁਰੂ ਨਾਨਕ ਦੀ ਸ਼ਕਤੀ ਨੂੰ ਖਤਮ ਕਰਨਾ ਚਾਹੁੰਦਾ ਹੈ ਉਹਨੇ ਵੀਰ ਰਸ ਵਿੱਚ ਆ ਕੇ ਆਪਣੇ ਜਰਨੇਲਾਂ ਨੂੰ ਅਨੰਦਪੁਰ ਦੇ ਮਾਲਕ ਨੂੰ ਜੰਜੀਰਾਂ ਵਿੱਚ ਜਕੜ ਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਨ ਲਈ ਜਿਹੜੇ ਸ਼ਬਦਾਂ ਵਿੱਚ ਆਖਿਆ ਉਹਨੂੰ ਸਾਥੀ ਇਉਂ ਪੇਸ਼ ਕਰ ਰਹੇ ਨੇ ਕੰਡਸ਼ਾ ਨੇ ਤੇਗ ਮਿਆਂ ਨੂੰ ਦਿੱਲੀ ਦਰਬਾਰ ਚ ਧਰ ਕੇ ਉੱਠੋ ਕੋਈ ਮਰਦ ਬਹਾਦਰ ਜੋ ਜਾਵੇ ਹਿੰਮਤ ਕਰਕੇ ਬੋਲੋ ਚਾਹੀਦੀ ਜਿੰਨੀ ਜਾ ਕੇ ਆਲੰਦਪੁਰ ਢਾਵੇ ਜੋ ਸਿੱਖਾਂ ਸੜੇ ਗੋਬਿੰਦ ਸਿੰਘ ਨੂੰ ਹੱਥੀ ਬੰਨ ਲਿਆਵੇ ਓਏ ਓ ਹੈ ਬਾਗੀ ਸਰਕਾਰਾਂ ਨਾ ਖੋਭ ਕਿਸੇ ਦਾ ਮੰਨੇ ਓ ਹੈ ਕਰਦਾ ਮਨਮਾਨੀ ਹਕੂਮਤ ਡੰਨੇ ਉਹ ਸਭ ਤੋਂ ਬਾੜੀ ਰਾਜੇ ਉਹਨਾਂ ਨੂੰ ਸੰਗਮ ਆਵੇ ਜੋ ਸਿੱਖ ਸਰ ਗਵਿੰਦ ਸਿੰਘ ਨੂੰ ਹੱਥੀਂ ਬੰਨ ਲਿਆਵੇ ਆ ਉਸ ਕਿਲੇ ਬਣਾ ਲੈ ਜੰਗੀ ਤੇ ਫੌਜੀ ਸਿੰਘ ਬਣਾ ਲੈ ਉਸ ਕਿਲੇ ਬਣਾ ਲੈ ਜੰਗੀ ਤੇ ਫੌਜੀ ਸਿੰਘ ਬਣਾ ਲੈ ਨਿਤ ਦੇਵ ਟ੍ਰੇਨਿੰਗ ਜੰਗੀ ਦੇ ਕੇ ਨਾ ਢਾਲੇ ਹੋਏ ਹੋ ਦੌਲਤ ਅਤੇ ਜਗੀਰ ਇਹ ਜਰਨੈਲਾਂ ਦਾ ਖੂਨ ਗਰਮ ਕਰਨ ਲਈ ਵਕਤ ਦਾ ਬਾਦਸ਼ਾਹ ਔਰੰਗਜ਼ੇਬ ਛੋਟੇ ਜੇ ਕੱਦ ਦਾ ਸਭ ਤੋਂ ਲੰਬਾ ਰਾਜ ਕਰਨ ਵਾਲਾ ਸਭ ਤੋਂ ਖਤਰਨਾਕ ਮਨੁੱਖਤਾ ਲਈ ਉਹਨਾਂ ਦੀ ਅਣਖ ਨੂੰ ਪਲੀਤੇ ਲਾ ਰਿਹਾ ਸੀ ਪਰ ਸੁਣਨ ਵਾਲਿਆਂ ਦੇ ਕੰਨ ਤਾਂ ਸੁਣਦੇ ਸਨ ਮਨ ਨਹੀਂ ਸੀ ਮੰਨਦਾ ਉਧਰ ਜਾਣ ਲਈ ਨੀਵੀਆਂ ਪਾ ਕੇ ਬੈਠੇ ਸਨ ਜਦੋਂ ਸਾਰਿਆਂ ਦੇ ਚਿਹਰਿਆਂ ਨੂੰ ਪੜ ਰਿਹਾ ਸੀ ਇਹਨੇ ਇੱਕ ਤਰਕ ਦਿੱਤੀ ਇਹਨੇ ਕਿਹਾ ਮੈਂ ਤੇ ਸਮਝਦਾ ਸਾਂ ਮੇਰੇ ਕੋਲ ਦੁਨੀਆ ਜੇਤੂ ਜਰਨੈਲ ਨੇ ਪਰ ਅੱਜ ਸ਼ੱਕ ਸ਼ੁਰੂ ਹੋ ਗਿਆ ਇਹ ਮੇਰੇ ਸਾਹਮਣੇ ਮਰਦ ਨਹੀਂ ਹੀ ਜਿਹੜੇ ਬੈਠੇ ਨੇ ਉਹਨਾਂ ਨੂੰ ਇਹ ਸਭ ਕੁਝ ਦਿਖ ਰਿਹਾ ਸੀ ਕਿ ਅਜੇ ਤੱਕ ਉਸ ਗੱਦੀ ਨੂੰ ਕਿਸੇ ਨੇ ਨਹੀਂ ਜਿੱਤਿਆ ਪਤਾ ਇਹਨੂੰ ਵੀ ਸੀ ਪੀਓ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਦਾਨੇ ਆਖਦੇ ਨੇ ਸ਼ੇਰ ਦੇ ਘੁਰਨੇ ਵਿੱਚ ਹੱਥ ਪਾਉਣਾ ਤੇ ਸੱਪ ਦੀ ਖੋਡ ਵਿੱਚ ਹੱਥ ਪਾਉਣਾ ਇਹ ਖਾਲਾ ਜੀ ਦਾ ਵਾੜਾ ਨਹੀਂ ਸਾਰੇ ਦਹਿਸਤ ਵਿੱਚ ਸਨ ਔਰੰਗਜੇਬ ਨੇ ਅਖੀਰ ਵਿੱਚ ਕਿਹਾ ਕਿ ਹੱਥ ਖੜੇ ਕਰਕੇ ਕਹਿ ਦਿਓ ਅਸੀਂ ਮਰਦ ਨਹੀਂ ਹੀ ਜਿਹੜੇ ਹਾਂ ਮੈਂ ਖੁਦ ਜਾਵਾਂਗਾ ਇਸ ਮੁਹਿਮ ਨੂੰ ਸਰ ਕਰਨ ਲਈ ਇਹ ਗੱਲ ਸੁਣ ਕੇ ਇੱਕ ਨੌਜਵਾਨ ਗੱਭਰੂ ਜਿਹਦੀ ਚੌੜੀ ਛਾਤੀ ਲੰਬੀ ਤੌਣ ਵੱਡਾ ਪਲਿਆ ਹੋਇਆ ਦੇ ਵਰਗਾ ਉਹਦਾ ਕੱਦ ਨਾ ਉਹਦਾ ਸੈਦ ਖਾਨ ਮਾਰ ਕੇ ਛਾਲ ਆ ਗਿਆ ਉਹਨੇ ਪਾਨਾਂ ਦਾ ਬੀੜਾ ਕਰੜਕਰੜ ਕਰਕੇ ਚਬ ਲਿਆ ਤਲਵਾਰ ਨੂੰ ਚੁੰਮਿਆ ਔਰੰਗਜੇਬ ਨੂੰ ਕੀਤਾ ਸਜਦਾ ਔਰੰਗਜੇਬ ਨੇ ਥਾਪੜਾ ਦੇ ਕੇ ਬਾਦਸ਼ਾਹ ਨੇ ਕਿਹਾ ਮੈਂ ਤੇਰੇ ਤੋਂ ਆਪਾ ਕੁਰਬਾਨ ਕਰਾਂ ਤੂੰ ਮੇਰੀ ਲਾਜ ਰੱਖ ਲਈ ਹੈ ਜਿੰਨੀ ਫੌਜ ਆਖੇ ਜਿਹੋ ਜਾਂ ਮਨੀਸ਼ਣ ਆਖੇ ਦਿਆਂਗਾ ਪਰ ਉਸ ਬਾਗੀ ਗੁਰੂ ਨੂੰ ਜਜ਼ੀਰਾਂ ਵਿੱਚ ਜਕੜ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰਨਾ ਹੈ ਇਹ ਬੜੀ ਦਲੇਰੀ ਨਾਲ ਹਲਹਲੈ ਕੇ ਤੁਰਨ ਲੱਗਾ ਬੜਾ ਗੰਭੀਰ ਸੀ ਔਰੰਗਜ਼ੇਬ ਉਹਨੇ ਕੁਰਾਨ ਤਾਂ ਤਕਰੀਬਨ ਆਪਣੇ ਕੋਲ ਰੱਖਦਾ ਸੀ ਪਾਕ ਕਤਿਬ ਇਸਲਾਮ ਦੀ ਉਹਨੇ ਕੁਰਾਨ ਦੀ ਸੁਗੰਧ ਵੀ ਇਹਨੂੰ ਕਰਾ ਦਿੱਤੀ ਭਈ ਕਿਧਰੇ ਰਾਹ ਵਿੱਚ ਇਹਦੇ ਬਨ ਵਿੱਚ ਕਮਜ਼ੋਰੀ ਨਾ ਆ ਜਾਏ ਸੌਂ ਖਾ ਕੇ ਕੁਰਾਨ ਦੀ ਗੁਰੂ ਨੂੰ ਜਿੰਦਾ ਜਾਂ ਮਰਦਾ ਪਕੜ ਕੇ ਲਿਆਉਣ ਲਈ ਆ ਰਿਹਾ ਹੈ ਪੰਜਾਬ ਦੀ ਧਰਤੀ ਨੂੰ ਦਿੱਲੀ ਤੋਂ ਹੰਕਾਰੀ ਜਿਹਦੇ ਧਰਤੀ ਤੇ ਪੈਰ ਤੇ ਲੱਗਦੇ ਨੇ ਪਰ ਹੰਕਾਰੇ ਦਾ ਆਕਾਸ਼ ਵਿੱਚ ਫਿਰਦਾ ਹੈ ਦੁਨੀਆ ਦੇ ਸਾਹਮਣੇ ਵੱਡਾ ਹੰਕਾਰੀ ਜਰਨੈਲ ਸੀ ਪਰ ਇਹਦੇ ਸਾਹਮਣੇ ਵੀ ਉਹ ਅੰਦਰਲੀ ਵਸਤਾ ਇਹਨੂੰ ਕਦੀ ਕਦੀ ਸੁਚੇਤ ਕਰਦੀ ਹੈ ਕਿ ਪੀਰਾਂ ਦੀ ਗੱਦੀ ਨੂੰ ਜਿਤਨਾ ਔਖ ਹੈ ਪਰ ਉਹਦੇ ਵਾਸਤੇ ਇਹਦੇ ਕੋਲ ਇੱਕ ਆਸ ਦੀ ਕਿਰਨ ਹੈ ਸੀ ਕਿ ਇਹਦੇ ਪਣਵਈਏ ਦਾ ਨਾਂ ਸੀ ਬੁੱਧੂ ਸ਼ਾਹ ਬਦਰੋਦੀਨ ਜੀ ਦਾ ਪੂਰਾ ਨਾਂ ਹੈ ਇਹਦੀ ਭੈਣ ਦਾ ਨਾਂ ਸੀ ਨਸੀਰਾ ਉਹ ਪਿੰਡ ਸਢੋਰੇ ਪੰਜਾਬ ਵਿੱਚ ਵਸਦੇ ਨੇ ਉਹਨਾਂ ਦੀ ਬਿਰਤੀ ਅੱਲਾ ਨਾਲ ਜੁੜੀ ਹੈ ਲੋਕ ਉਹਨਾਂ ਕੋਲੋਂ ਦੁਆਵਾਂ ਕਰਾਉਂਦੇ ਨੇ ਤੇ ਉਹਨਾਂ ਦੀ ਕੀਤੀ ਦੁਆ ਖੁਦਾ ਦੀ ਕਚਹਿਰੀ ਵਿੱਚ ਪੂਰੀ ਹੁੰਦੀ ਹੈ ਇਸ ਆਸ ਨਾਲ ਇਹ ਭੈਣ ਦੇ ਕੋਲੇ ਪਹੁੰਚਦਾ ਹੈ ਭਈ ਭੈਣ ਕੋਲੋਂ ਮੈਂ ਵਰਦਾਨ ਲੈਣ ਵਾਸਤੇ ਜਾਵਾਂ ਉਹ ਕਵੇ ਤੇ ਮੇਰੀ ਜਿੱਤ ਹੋ ਸਕਦੀ ਹੈ ਹੋਰ ਤੇ ਕੋਈ ਤਾਕਤ ਨਹੀਂ ਖੁਦਾਈ ਸ਼ਕਤੀ ਦੇ ਮੁਕਾਬਲੇ ਵਿੱਚ ਜਿੱਤਣ ਲਈ ਇਹ ਪਹੁੰਚਦਾ ਹੈ ਆਪਣੀ ਭੈਣ ਦੇ ਘਰ ਬੜੀ ਵੀਰ ਰਸੀ ਹਾਲਾਤ ਵਿੱਚ ਤੇ ਜਦੋਂ ਇਹਨੇ ਭੈਣ ਦਾ ਖੜਕਾਇਆ ਕੁੰਡਾ ਭੈਣ ਆਈ ਭੱਜੀ ਭੱਜੀ ਭੈਣ ਤੇ ਭਰਾਵਾਂ ਨੇ ਰਲ ਕੇ ਗਲਵਕੜੀ ਪਾਈ ਇੱਕ ਦੂਜੇ ਨੂੰ ਚਿਰਾਂ ਦੇ ਵਿਛੜੇ ਸਨ ਨੇਤਰ ਸੱਜਲ ਹੋ ਗਏ ਆਖਰ ਗਲਵਕੜੀ ਛੱਡਣ ਤੋਂ ਬਾਅਦ ਭੈਣ ਨੇ ਕਿਹਾ ਵੀਰਾ ਅੱਜ ਕਿਹੜੇ ਕੰਮ ਲਈ ਭੈਣ ਨੂੰ ਦਰਸ਼ਨ ਦਿੱਤੇ ਨੇ ਤੂੰ ਤੇ ਮੇਰੀ ਯਾਦ ਹੀ ਭੁੱਲ ਗਿਓ ਉਸ ਵੇਲੇ ਵੀਰ ਨੇ ਕਿਹਾ ਭੈਣੇ ਅੱਜ ਵੀ ਮੈਂ ਕਿਸੇ ਕੰਮ ਵਾਸਤੇ ਆਇਆ ਹਾਂ ਜ਼ਿੰਦਗੀ ਰਜੇਵਿਆਂ ਪਈ ਹੈ ਭੈਣ ਨੇ ਕਿਹਾ ਕੰਮ ਕਿਹੜਾ ਹੈ ਮੇਰੇ ਵੀਰ ਤੋ ਵੀਰ ਨੇ ਆਪਣੇ ਮਨ ਦੀ ਅਵਸਥਾ ਭੈਣ ਦੇ ਸਾਹਮਣੇ ਦੱਸਣ ਤੋਂ ਪਹਿਲਾਂ ਇਹ ਵਚਨ ਲੈ ਲਿਆ ਕਿ ਤੂੰ ਮੇਰੇ ਵਾਸਤੇ ਰੱਬ ਦੀ ਦਰਗਾਹ ਵਿੱਚ ਦੁਆ ਕਰੇਂਗੀ ਮੇਰੀ ਜਿੱਤ ਵਾਸਤੇ ਉਹਨੇ ਕਿਹਾ ਮੈਂ ਤੇਰੇ ਤੋਂ ਜਾਨ ਵੀ ਕੁਰਬਾਨ ਕਰ ਸਕਦੀ ਹਾਂ ਆਓ دانشਮੰਦਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਦੀ ਦੁਨੀਆ ਵਿੱਚ ਭੈਣ ਤੇ ਭਰਾ ਵਰਗਾ ਕੋਈ ਰਿਸ਼ਤਾ ਨਹੀਂ ਭਾਵੇਂ ਕਰਤਾਪੁਰਖ ਨੇ ਬੜੇ ਰਿਸ਼ਤੇ ਬਣਾਏ ਨੇ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋ ਕੇ ਇੱਕ ਗੋਦੀ ਵਿੱਚ ਖੇਲਣਾ ਇਹ ਭੈਣ ਭਰਾਵਾਂ ਦਾ ਵਿਰਸਾ ਹੈ ਆਓ ਜਨ ਉਸ ਵਿਰਸੇ ਨੂੰ ਪ੍ਰਣਾਮ ਕਰੀਏ ਹੇ ਦਾਤਾ ਸ੍ਰਿਟੀ ਦੇ ਕਰਤਾ ਮੈਂ ਬਲਹਾਰੇ ਜਾਵਾਂ ਹੇ ਖੇਲੇ ਸਭ ਜਗ ਢੂੰਡ ਡਿਠਾ ਨਹੀਂ ਲੱਭਾ ਰਿਸ਼ਤਾ ਭੈਣ ਭਰਾਵਾ ਸਚਾਈ ਹੈ ਕਿ ਸੰਸਾਰ ਕ੍ਰਿਸ਼ਤੀਆਂ ਵਿੱਚ ਭੈਣ ਭਰਾ ਵਰਗਾ ਰਿਸ਼ਤਾ ਵੀ ਕੋਈ ਨਹੀਂ ਤੇ ਇਹ ਵੀ ਸਰੋਤੇ ਸਤਕਾਰ ਨਾਲ ਆਖਦੇ ਨੇ ਕਿ ਜਸਵੰਤ ਸਿੰਘ ਕਰਮੂ ਵਾਲੇ ਵਰਗੀ ਆਵਾਜ਼ ਤੇ ਇਹੋ ਜੀ ਐ ਇੱਕ ਖਿੱਚ ਇਹੋ ਜੀ ਵਿਸਤਾ ਵੀ ਹਰ ਬਲਾਰੇ ਨੂੰ ਰੱਬ ਨਹੀਂ ਦਿੰਦਾ ਇਸ ਲਈ ਇਹ ਸੀ ਜਸਵੰਤ ਸਿੰਘ ਕਰਮੂ ਵਾਲਾ ਜੋ ਸ਼ੇਰ ਰਹੀਂ ਹਕੀਕਤ ਕਹਿ ਰਿਹਾ ਸੀ ਐਸੇ ਮੁਹੱਬਤ ਦੇ ਮਾਹੌਲ ਵਿੱਚ ਵੀਰ ਨੇ ਪ੍ਰਤੀਗਿਆ ਲੈ ਲਈ ਭੈਣ ਕੋਲੋਂ ਕਿ ਤੂੰ ਮੇਰੇ ਹੱਕ ਵਿੱਚ ਦੁਆ ਕਰੇਂਗੀ ਭੈਣ ਨੇ ਕਿਹਾ ਮੈਂ ਤੇਰੇ ਲਈ ਜਾਨ ਵੀ ਕੁਰਬਾਨ ਕਰ ਸਕਦੀ ਪਰ ਦੱਸ ਚੱਲਿਆ ਕਿਹੜੀ ਮਹਿਲ ਵਾਸਤੇ ਆਖਰ ਸੱਚ ਦੱਸਣਾ ਪਿਆ ਵੀਰ ਨੂੰ ਜਦੋਂ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਤਨ ਚੱਲਿਆ ਹਾਂ ਭੈਣ ਨੇ ਸੱਜਾ ਹਟ ਚੁੱਕਿਆ ਇਹਦੇ ਮੂੰਹ ਨੂੰ ਬੰਦ ਕਰਨ ਲਈ ਭਈ ਇਹ ਕੁਝ ਮੇਰੇ ਕੰਨ ਨਹੀਂ ਸੁਣ ਸਕਦੇ ਪੁੱਤਰ ਵਿੱਚ ਕਹਿਣਾ ਸ਼ੁਰੂ ਕੀਤਾ ਵੀਰਾ ਉਹ ਖੁਦਾ ਦਾ ਨੂਰ ਹੈ ਖੁਦਾ ਉਹਦੇ ਅੰਗ ਸੰਗ ਸਵਾਸਾਂ ਵਿੱਚ ਚੱਲ ਰਿਹਾ ਹੈ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜਿੱਤ ਸਕਦੀ ਤੈਨੂੰ ਮੈਂ ਇੱਕ ਜਿੱਤਣ ਦਾ ਤਰੀਕਾ ਦੱਸਦੀ ਉਹਦੇ ਚਰਨ ਫੜ ਲਈ ਉਦਾਂ ਨਹੀਂ ਉਹਨੂੰ ਕੋਈ ਦੁਨੀਆ ਦੀ ਤਾਕਤ ਜਿੱਤ ਸਕਦੀ ਭੈਣ ਆਪਣੇ ਵੀਰ ਨੂੰ ਇਹੋ ਸਮਝਾ ਰਹੀ ਅਜੇ ਮਾਂ ਨੇ ਪੁੱਤ ਪੈਦਾ ਕੀਤਾ ਨਹੀਂ ਜਹਾਨ ਵਿੱਚ ਫੜੇ ਜੋ ਗਬਿੰਦ ਸਿੰਘ ਖੇਰ ਕਦ ਰੀਮ ਸਦਾ ਰਵੇ ਜੀ ਦੇ ਅੰਗ ਸੰਗ ਤੀਰ ਅੰਦਾ ਜੀ ਦਾ ਪਲੇਰ ਗੁਰੂ ਬਾਜਾਂ ਵਾਲਾ ਤੀਰ ਅੰਦਾ ਜੀ ਦਾ ਪਲੇਰ ਓ ਮਾਨਵ ਸਕੀਤਾ ਜਿੰਨੇ ਰੱਬ ਨਾਲ ਪਿਆਰ ਬਾ ਕੇ ਜਗ ਕਰ ਜੀ ਦਾ ਸਤ ਕਾ ਬਾਜਾਂ ਵਾਲੇ ਨੂੰ ਲਈ ਕੋਈ ਜੰਮੇ ਫੜਾ ਨਾ ਵਾ ਖਾਵੇਗਾ ਮਦਾਨ ਵਿੱਚ ਹੋਏ ਵੀਰ ਮੇਰੇ ਆਵੇ ਖਾਵੇਗਾ ਮਦਾਨ ਵਿੱਚ ਹੋ ਆ ਆਇਆ ਹੈ ਸਹਾਰਾ ਬਾਣਾ ਇੱਥੇ ਬੇਸਹਾਰਿਆਂ ਦਾ ਕੀਤੇ ਲੋਕ ਪਰਮਾਚਾਰੋਂ ਦੂਰ ਚੁੱਕਦਾ ਲਤਾੜਿਆਂ ਨੂੰ ਪੋਟ ਰਾਜਵਾੜਿਆਂ ਨੂੰ ਨਾਮ ਬਾਣ ਵਿੱਚ ਪਾਰ ਪੂਰ ਗੁਰੂ ਜੰਮਿਆ ਫੜਨ ਵਾਲਾ ਖਾਵੇਗਾ ਮੈਦਾਨ ਵਿੱਚ ਹੋਰ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹੋ ਆਓ ਮੂਰਖ ਮਨੁੱਖਾਂ ਵਾਂਗ ਟੱਕਰ ਪਹਾੜੀ ਮਾਰੇ ਸਿਰ ਨਾਲ ਲਵੀ ਵੇ ਪੜਵਾ ਹੰਕੜੀ ਜਾਊਗਾ ਜਿਹੜਾ ਹੰਕਾਰੀ ਬਣ ਮੁੜੇਗਾ ਨੰਦਾ ਨਹੀਂ ਐਸਾ ਮੇਰਾ ਗੁਰੂ ਕਮਖਾਰ ਰਹਿਮਤਾਂ ਦਾ ਮਹੀ ਜੀ ਦੇ ਦਾਰ ਉੱਤੇ ਵੱਸਦਾ ਹੈ ਕੰਮ ਕਰੇ ਦਰ ਤੈਨੂੰ ਕੀਤਾ ਲੋਭਾਲ لال ਚਾਣੇ ਚੂਰ ਨਰਕਾਂ ਦਾ ਪਾਂਦੀ ਬਣੇ ਗੁਰਾਂ ਦਾ ਵਿਰੋਧ ਕਰੇ ਹੰਗਤਾ ਜੋ ਭੱਜ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਾ ਲਾ ਵਾਲਾ ਖਾਵੇਗਾ ਮદાન ਵਿੱਚ ਹਾ ਵੀਰਾ ਮੇਰੇ ਆਵੇ ਖਾਵੇਗਾ ਮદાન ਵਿੱਚ ਹਾ ਆਹ ਦੁਨੀਆ ਦੀ ਦੌਲਤ ਨਮਾਜ਼ ਕਰੇ ਗੁਰੂ ਜੀ ਦੀ ਹੱਥ ਬਨ ਹੰਕ ਸੀਰਾਂ ਦੇ ਅੰਦਰਲਾ ਸੱਚ ਪ੍ਰਗਟ ਹੋ ਰਿਹਾ ਸੀ ਵੀਰ ਨੇ ਇੱਕ ਨਾ ਮੰਨੀ ਕੰਨੀ ਛਾ ਕੇ ਤੁਰ ਪਿਆ ਹੁਣ ਸਵਾਲ ਪੈਦਾ ਹੁੰਦਾ ਹੈ ਵੀ ਭੈਣ ਗੁਰੂ ਦੇ ਨਾਮ ਤੋਂ ਕੁਰਬਾਨ ਕਿਉਂ ਹੋ ਰਹੀ ਹੈ ਆਪਣੇ ਅੰਮਾ ਜਾਇ ਨੂੰ ਕਿਉਂ ਰੋਕਦੀ ਹੈ ਇਹ ਜਾਣਨ ਲਈ 2 ਮਿੰਟ ਇਤਿਹਾਸ ਦੇ ਝਰੋਖੇ 'ਚ ਨਿਗਾਹ ਮਾਰੀਏ ਇਸੇ ਭੈਣ ਨਸੀਰਾਂ ਦਾ ਪਤੀ ਇਸਲਾਮ ਵਿੱਚ ਸੂਫੀ ਦਰवेश ਪੀਰ ਬਦਰੋਦੀਨ ਬੁੱਧੂ ਸ਼ਾਹ ਪ੍ਰਸਿੱਧ ਨਾਮੀ ਸਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇੱਕ ਵਾਰੀ ਆਇਆ ਤੇ ਵਾਪਸ ਆਉਂਦਿਆਂ ਇਹਨੂੰ ਔਰੰਗਜ਼ੇਬ ਵੱਲੋਂ ਜਿਨ੍ਹਾਂ ਨੂੰ ਔਰੰਗਜ਼ੇਬ ਦੀ ਰਾਜਧਾਨੀ ਵਿੱਚ ਕੋਈ ਥਾਂ ਨਹੀਂ ਉਹ 400 ਪਠਾਨ 500 ਮਿਲਿਆ ਜਿਹੜਾ ਇਹਦੇ ਅੱਗੇ ਤਰਲਾ ਲੈਣ ਲੱਗਾ ਕਿ ਅਸੀਂ ਤੇਰੀ ਮਿੰਨਤ ਕਰਦੇ ਹਾਂ ਕਿ ਕਿਤੇ ਨਾ ਕਿਤੇ ਔਰੰਗਜ਼ੇਬ ਦੇ ਰਾਜ ਵਿੱਚ ਜਾਂ ਬਾਹਰ ਸਾਨੂੰ ਕੋਈ ਪਨਾਹ ਮਿਲ ਜਾਏ ਅਸੀਂ ਬਿਨਾ ਸਿਪਾਹੀ ਤੋਂ ਹੋਰ ਕੰਮ ਕੋਈ ਨਹੀਂ ਕਰ ਸਕਦੇ ਤੇ ਆਲੂ ਪੀਰ ਬੁੱਧੂ ਸ਼ਾਹ ਨੇ ਇਹਨਾਂ ਨੂੰ ਗੁਰੂ ਕੋਲ ਕਰਾ ਦਿੱਤਾ ਪ੍ਰਤੀ ਇਹ 500 ਪਠਾਨ ਤਨਖਾਹ ਤੇ ਗੁਰੂ ਦੇ ਦਰਬਾਰ ਵਿੱਚ ਸੇਵਾ ਕਰਨ ਲੱਗੇ 22 ਧਾਰ ਪਹਾੜੀਆਂ ਨਾਲ ਜਿਹੜਾ ਪਹਿਲਾ ਵੱਡਾ ਜੰਗ ਹੋਇਆ ਪੰਗਾਣੀ ਦਾ ਜੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਮਾਹੌਲ ਖਤਰੇ ਦਾ ਵੇਖ ਕੇ ਇਹ ਗੁਰੂ ਕੋਲ ਕੰਨੀ ਕਤਰਾ ਕੇ ਪਿਛਲੀਆਂ ਤਨਖਾਹਾਂ ਗੁਰੂ ਨੇ ਦੇ ਦਿੱਤੀਆਂ ਤਕਰੀਬਨ 400 ਪਠਾਨ ਭੱਜ ਗਿਆ 100 ਬਾਕੀ ਰਹਿ ਗਿਆ ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਤੇ ਬਹੁਤ ਮਨ ਵਿੱਚ ਦੁੱਖ ਹੋਇਆ ਵੀ ਅੱਲਾਹ ਦੇ ਨੂਰ ਨਾਲ ਇਹ ਧੋਖਾ ਹੋਇਆ ਕਿਉਂਕਿ ਉਹਨਾਂ ਦਾ ਜ਼ਿੰਮੇਵਾਰ ਮੈਂ ਸੀ ਉਹ ਘਰੋਂ ਆਪਣੀ ਪਤਨੀ ਈਸੇ ਨਸੀਰਾਂ ਨਾਲ ਸਲਾਹ ਕਰਕੇ ਆਪਣੇ ਦੋ ਪੁੱਤਰ ਨਾਲ ਲੈ ਕੇ ਬੇਅੰਤ ਮਰੀਦ ਲੈ ਕੇ ਗੁਰੂ ਦੇ ਇਸ ਧਰਮਯੋਧ ਵਿੱਚ ਕੁਰਬਾਨੀ ਦੇਣ ਵਾਸਤੇ ਤੁਰਿਆ ਜਾ ਕੇ ਕੀ ਵੇਖਦਾ ਹੈ ਵੀ ਇਹਦੇ ਪਠਾਨ ਭੱਜਣ ਦੇ ਨਾਲ ਨਾਲ ਜਿਹੜੇ ਉਦਾਸੀ ਸੰਨ ਉਹ ਵੀ ਸਾਰੇ ਰਫੂ ਚੱਕਰ ਹੋ ਗਏ ਉਹਨਾਂ ਵਿੱਚੋਂ ਇਕੱਲਾ ਕਰਪਾਲ ਚੰਦ ਰਹਿ ਗਿਆ ਸੀ ਜਿਨੂੰ ਗੁਰੂ ਨੇ ਵਰਦਾਨ ਦੇ ਕੇ ਕਿਹਾ ਤੂੰ ਉਦਾਸੀਆਂ ਦੀ ਰੱਖ ਲੈ ਪੀਰ ਬੁੱਧੂ ਸ਼ਾਹ ਨੇ ਇਸ ਮੈਦਾਨ ਵਿੱਚ ਜਿੱਥੇ ਆਪਣੇ ਮਰੀਦ ਕੁਰਬਾਨ ਕੀਤੇ ਉੱਥੇ ਆਪਣੇ ਦੋ ਪੁੱਤ ਵੀ ਕੁਰਬਾਨ ਕਰ ਦਿੱਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਸਰਬੰਸਦਾਨੀ ਪੁੱਤਰਾਂ ਦਾ ਦਾਨੀ ਕਹਿੰਨੇ ਆ ਪਰ ਉਸ ਜੰਗ ਸਮੇਂ ਤੇ ਉਹਨਾਂ ਦੇ ਘਰ ਵਿੱਚ ਕੋਈ ਪੁੱਤਰ ਪੈਦਾ ਨਹੀਂ ਹੋਇਆ ਪਰ ਉਸ ਜੰਗ ਵਿੱਚ ਪੁੱਤਰਾਂ ਤੋਂ ਪਹਿਲਾਂ ਵੀ ਉਹ ਪਰਿਵਾਰ ਦੇ ਦਾਨੀ ਨੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮੇ ਦੇ ਪੁੱਤਰ ਪੂਆ ਦੇ ਪੁੱਤ ਪੂਆ ਦਾ ਜਵਾਈ ਇਸ ਧਰਮ ਦੀ ਇਸ ਧਰਮ ਯੁੱਧ ਵਿੱਚ ਕੁਰਬਾਨ ਹੋਏ ਨੇ ਜੰਗ ਵਿੱਚ ਜਿੱਤ ਹੋਈ ਸੱਚ ਦੀ ਪੀਰ ਬੁੱਧੂ ਸ਼ਾਹ ਗੁਰੂ ਕੋਲੋਂ ਅਸੀਸ ਲੈ ਕੇ ਘਰ ਆਉਣਾ ਚਾਹੁੰਦਾ ਹੈ ਤੋਂ ਸਤਿਗੁਰੂ ਕੰਗਾ ਕਰ ਰਹੇ ਨੇ ਰੱਬ ਦੀ ਮੌਜ ਵਿੱਚ ਖਿੜੇ ਹੋਏ ਗੁਲਾਬ ਦੇ ਫੁੱਲ ਵਾਂਗ ਉਹਨਾਂ ਦਾ ਚਿਹਰਾ ਚਮਕਦਾ ਹੈ ਪੀਰ ਬੁੱਧੂ ਸ਼ਾਹ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਾਹਮਣੇ ਖੜਾ ਹੈ ਮਨ ਵਿੱਚ ਮੰਗ ਆਈ ਵੀ ਮੇਰੇ ਸਤਿਗੁਰੂ ਜੀ ਜੇ ਕਿਤੇ ਆਹ ਕੰਗਾ ਜਿਹਦੇ ਵਿੱਚ ਕੇਸ ੜੇ ਹੋਏ ਨੇ ਛੜੇ ਹੋਏ ਇਹ ਮੈਨੂੰ ਬਖਸ਼ਿਸ਼ ਦੇ ਦੇਣ ਤੇ ਮੇਰੀ ਕੁਸ਼ਣ ਸੀ ਵੀ ਹੋਏਗੀ। ਤੋਂ ਉਸ ਪੀਰ ਦੀ ਅੰਦਰਲੀ ਵਸਤਾਂ ਨੂੰ ਵੇਖ ਕੇ ਮੈਂ ਭਾਈ ਨੰਦ ਲਾਲ ਜੀ ਦਾ ਉਹ ਸ਼ੇਰ ਇੱਥੇ ਉਚਿਤ ਸਮੇਂ ਦਾ ਹਾਂ ਪੇਸ਼ ਕਰਨਾ ਚਾਹੁੰਨਾ ਅੱਜ ਵੀ ਲੋੜ ਹੈ ਅਸੀਂ ਉਸ ਕਦਰ ਨੂੰ ਸਮਝ ਸਕੀਏ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਦੀਨ ਦੁਨੀਆ ਧਰਕ ਮੰਦੇ ਆਪਰੀ ਰੁਖਸਾਰਿ ਮਾ ਹਰਦੋ ਆਲਮ ਕੀਮਤੇ ਯਕਤਾਰ ਮੂਏ ਜਾ ਰੇ ਮਾ। ਪੀਰ ਬੁੱਧੂ ਸ਼ਾਹ ਦੇ ਅੰਦਰੋਂ ਵੀ ਇਹ ਆਵਾਜ਼ ਆ ਰਹੀ ਸੀ ਜੋ ਭਾਈ ਨੰਦ ਲਾਲ ਦੀ ਆਵਾਜ਼ ਹੈ ਕਿ ਸੱਚੇ ਪਾਤਸ਼ਾਹ ਏਕ ਬੜੀ ਵੱਡੀ ਸ਼ਗਾਤ ਹੈ ਤੇਰੇ ਰੋਮ ਇੱਕ ਤੋਂ ਮੈਂ ਦੋ ਜਹਾਨ ਕੁਰਬਾਨ ਕਰਦਿਆਂ। ਤੇ ਮੇਰੀ ਖੁਸ਼ਨਸੀਬੀ ਹੋਰ ਦੁਨੀਆ ਵਿੱਚ ਕੀ ਹੋ ਸਕਦੀ ਤੇਰੀ ਕਲਗੀ ਤੋਂ ਸ੍ਰੀ ਦਸ਼ਮੇਸ਼ ਪਿਆਰੇ ਮੋਤੀ ਆਪ ਗੁਲਾਬ ਖੁਸ਼ਬੂ ਮੰਗੀ ਚਮਕ ਬਿਜਲੀ ਤੇ ਸੂਰਜ ਨੇ ਲਿਆ ਚਾਨਣ ਚੰਨ ਤਾਰਿਆ ਦੀਵੇ ਨੇ ਲੋ ਮੰਗੀ ਤੂੰ ਚੰਗੇ ਨੇ ਉਹ ਰਹਿ ਗਏ ਜਿੰਨਾ ਆਸ਼ਿਕਾਂ ਤੇਰਾ ਦਿਦਾਰ ਮੰਗਿਆ ਐਸੀ ਅਵਸਥਾ ਵਾਲੇ ਇਹ ਪੀਰ ਬੁੱਧੂ ਸ਼ਾਹ ਜੀ ਸਨ ਤੋਂ ਗੁਰੂ ਨੇ ਖੁਸ਼ ਹੋ ਕੇ ਤਾਰੀਖ ਵਿੱਚ ਲਿਖਿਆ ਹੈ ਇੱਕ ਪਸ਼ਾਕ ਬਖਸ਼ੀ ਨਾਲ ਮੋਹਰਾਂ ਬਖਸ਼ੀਆਂ ਤੇ ਨਾਲ ਆਪਣਾ ਅੱਧਾ ਦਸਤਾਰਾ ਬਖਸ਼ਿਸ਼ ਕੀਤਾ ਕੰਗਾ ਤੇ ਕੇਸ ਬਖਸ਼ਿਸ਼ ਕੀਤੇ ਜਦੋਂ ਇਹ ਵਾਪਸ ਪਰਤਿਆ ਇਹੀ ਸਹਿਦਖਾਂ ਦੀ ਪੈਣ ਜਿਹੜੀ ਅੱਜ ਵੀਰ ਨੂੰ ਰੋਕਦੀ ਸੀ ਨਹੀਂ ਰੁਕਿਆ ਇਹਨੇ ਬੜੇ ਚਾਵਣ ਨਾਲ ਆਪਣੇ ਸਵਾਮੀ ਨੂੰ ਵੇਖਿਆ ਖਾਵੰਦ ਨੂੰ ਵੇਖਿਆ ਪਰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜੋ ਦੋਵੇਂ ਪੁੱਤ ਨਾਲ ਨਹੀਂ ਸਨ ਨੈਤਰ ਨਮ ਹੋ ਗਏ ਆਪਣੇ ਖਾਵੰਦ ਦੇ ਚਰਨਾਂ ਤੇ ਡੇਕੇ ਕਹਿੰਦੀ ਉਹ ਕਿੱਥੇ ਨੇ ਤਾਂ ਬੜੇ ਮਾਣ ਨਾਲ ਉਹਨੇ ਕਿਹਾ ਭਾਗਾਂ ਵਾਲੀਏ ਖੁਦਾ ਦੇ ਨਾਂ ਤੇ ਉਹ ਮੈਂ ਵਪਾਰ ਕਰਕੇ ਆਇਆ ਹਾਂ ਜੋ ਰਹਿੰਦੀ ਦੁਨੀਆ ਤੱਕ ਜਿੰਦਾ ਰਹੇਗਾ ਆਹ ਖੁਦਾ ਦੀਆਂ ਦਾਤਾਂ ਨੇ ਉਹ ਸਾਰੀਆਂ ਬਖਸ਼ਾਂ ਉਨ੍ਹਾਂ ਵਿੱਚੋਂ ਤੈਨੂੰ ਰੱਬ ਦਿਸਦਾ ਰਹੇਗਾ ਇਹ ਤਰਵਾਸ ਦਿੱਤਾ ਤੇਰੇ ਪੁੱਤਰ ਤੈਨੂੰ ਦਿਸਦੇ ਰਹਿਣਗੇ ਭੈਣ ਨਸੀਰਾ ਨੂੰ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਦਾ ਵਿਛੋੜਾ ਮਾਂ ਤੇ ਪੁੱਤਰ ਦਾ ਵਿਛੋੜਾ ਬੜਾ ਅਜੀਬ ਹੈ ਪਰ ਅੰਦਰ ਗਿਆਨ ਦੀ ਵਸਤੋਂ ਹੋਣ ਕਰਕੇ ਉਹਨਾਂ ਗੁਰੂ ਦੀਆਂ ਬਖਸ਼ਾਂ ਵਿੱਚੋਂ ਆਪਣੇ ਪੁੱਤਰਾਂ ਦੇ ਦਰਸ਼ਨ ਕਰਦੀ ਸੀ ਤੇ ਉਹ ਕਿਵੇਂ ਉਸ ਗੁਰੂ ਦੇ ਖਿਲਾਫ ਕੋਈ ਦੁਆ ਕਰ ਸਕਦੀ ਹੈ ਹਰ ਯਤਨ ਕੀਤਾ ਰੋਕਣ ਦਾ ਵੀਰ ਨੂੰ ਪਰ ਵੀਰ ਨਹੀਂ ਰੁਕਿਆ ਕੰਨੀ ਕਤਰਾ ਕੇ ਨਿਕਲ ਗਿਆ ਪੱਲਾ ਛਡਾ ਕੇ ਭੱਜ ਗਿਆ ਫੌਜਾਂ ਲੈ ਕੇ ਹੁਣ ਭੈਣ ਕੋਲ ਕੋਈ ਬਾਕੀ ਰਾਹ ਨਹੀਂ ਹੈ ਉਹਨੇ ਦੋਵੇਂ ਹੱਥ ਚੁੱਕ ਕੇ ਖੁਦਾ ਦਾ ਸਰਗੁਣ ਨੂਰ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਨੇਤਰ ਸੱਜਲ ਕਰਕੇ ਅਰਦਾਸ ਕੀਤੀ ਪ੍ਰੀਤਮਾ ਮੇਰਾ ਵੀਰ ਆ ਰਿਹਾ ਹੈ ਤੂੰ ਸਰਵ ਵਿਆਪੀ ਹੈ ਤੈਨੂੰ ਪਤਾ ਹੈ ਉਹ ਕਿਸ ਮੂੜ ਵਿੱਚ ਆ ਰਿਹਾ ਪਰ ਮੈਂ ਨਮਣੀ ਇੱਕ ਮੰਗ ਰੱਖਦੀ ਹਾਂ ਜੋ ਮੈਂ ਬੇਨਤੀ ਕਰਨੀ ਦੁਆ ਕਰਨੀ ਉਹ ਤੂੰ ਜਾਣਨਾ ਹੈ ਪਰ ਇਸ ਦੇ باوجود ਵੀ ਮੇਰੇ ਇੱਕ ਮਨ ਦੀ ਖਾਹਸ਼ ਹੈ ਤੂੰ ਮੇਰੇ ਅੰਦਰੋਂ ਹੀ ਵਸ ਰਹੀਂ ਸਰਵ ਵਿਆਪੀ ਹੈ ਖੁਦਾ ਦਾ ਨੂਰ ਹੈ ਜੋ ਵੀ ਤੇਰੇ ਤੇ ਚੜ ਕੇ ਆਇਆ ਉਹ ਕੋਈ ਜ਼ਿੰਦਾ ਨਹੀਂ ਮੁੜਿਆ ਮੈਂ ਇਹ ਨਹੀਂ ਮੰਗ ਰਖਦੀ ਮੇਰਾ ਵੀਰ ਜ਼ਿੰਦਾ ਮੁੜੇ ਮੇਰਾ ਵੀਰ ਵੀ ਤੇਰੇ ਸਾਹਮਣੇ ਖਤਮ ਹੋ ਜਾਏ ਪਰ ਇੱਕ ਮੇਰੀ ਮੰਗ ਹੈ ਤੂੰ ਇਸ ਤੋਂ ਪਹਿਲਾਂ ਹੰਕਾਰ ਨਾਲ ਆਉਣ ਵਾਲਿਆਂ ਨੂੰ ਕਿਸੇ ਨੂੰ ਤੀਰ ਨਾਲ ਕਿਸੇ ਨੂੰ ਤਲਵਾਰ ਨਾਲ ਕਿਸੇ ਨੂੰ ਚੱਕਰ ਨਾਲ ਕਿਸੇ ਨੂੰ ਬਰਸ਼ੇ ਨਾਲ ਕਿਸੇ ਨੂੰ ਕਿਸੇ ਸ਼ਸਤਰ ਨਾਲ ਮਾਰਿਆ ਹੋਏਗਾ ਪਰ ਮੇਰੇ ਵੀਰ ਨੂੰ ਮੇਰੀ ਇਕੋ ਹੀ ਬੋੜੀ ਹੈ ਨੈਣਾ ਦਾ ਵਾਰ ਕਰਕੇ ਕਹਿਲ ਕਰਦੇ ਹੋ ਇਹੀ ਮੇਰੀ ਇੱਕ ਮੰਗ ਹੈ ਤੂੰ ਮੈਂ ਹੱਥ ਜੋੜਿਆ ਰ ਜਾਂ ਗੁਜਾਰ ਦੀ ਮੰਨ ਲੈ ਅਰ ਜੀ ਦਾ ਤਿਆ ਦਾਤਾ ਮਨ ਮੇਰੀ ਬਣੇ ਦੁਖ ਯਾਰ ਦੀ ਕਰੇ ਉਪਕਾਰ ਦਾ ਤਾਲੇ ਬਾਜਾ ਵਲਿਆ ਮੇਰੇ ਹੰਕਾਰੀ ਵੀਰ ਨੂੰ ਓ ਮੇਰਾ ਕਰ ਦੇ ਮੇਰਾ ਦੀ ਆਸਾਈਆ ਮੇਰਾ ਦੀ ਆਸਾਈਆ ਮੇਰਾ ਦੀ ਆਸਾਈਆ ਮਿਹਰ ਦੀ ਨਦਰ ਕਰਕੇ ਤੇਰੇ ਚਰਨਾ ਚ ਅੱਖੀਆਂ ਵਿਸ਼ਾਈਆ ਦਿਲ ਨਾਦਰਾਨਾ ਥਾਰ ਕੇ ਵੀਰਾਂ ਨੂੰ ਉਹ ਤੇਰਾ ਕੰਮ ਭੁੱਲਿਆ ਨੂੰ ਰਾਹੇ ਪਾਉਣਾ ਪਾਲ ਕੇ ਧਰਮ ਦਾ ਤਿਆ ਕਿਲਾ ਹੰਕੜੀ ਦਿਲਾ ਦਾ ਠਾਉਣਾ ਕਰਕੇ ਕਰਮ ਦਾ ਤਿਆ ਕੇ ਕਾਲੇ ਬਾਜਾਵਾ ਹਰਿਆ ਮੇਰੇ ਹੰਕਾਰੀ ਵੀਰ ਨੂੰ ਉਹ ਦੁਖੀ ਆਤਮਾ ਨੂੰ ਹੋਰ ਨਹੀਂ ਸਹਾਰਾ ਮਾਨਿਆਰ ਜੋਈ ਦਾ ਤਿਆ ਸਾਡਾ ਤੁਸਾ ਤੋਂ ਬਗੈਰ ਨਹੀਂ ਗੁਜ਼ਾਰਾ ਦੇਣਦਾਰ ਠੋਈ ਦਾ ਤਿਆ ਉਸ ਨੇ ਘਰ ਨੂੰ ਖੁਦੀ ਨੇ ਦਾਤਾ ਖਾਲਿਆ ਵੇਖ ਬੈਠਾ ਹੈ ਜਮੀਰ ਨੂੰ ਗੋਰ ਚਾਰੇ ਨਹੀਂ ਝਕਾਲੇ ਬਾਜਾਵਾ ਮੇਰੇ ਹੰਤਾਰੀ ਵੀਰ ਲੋ ਸਾਧ ਖਾਨ ਰੂਪ ਰਾਖਸ਼ ਦਾ ਧਾਰ ਕੇ ਖਾਨ ਰੂਪ ਰਾਖਸ਼ ਦਾ ਧਾਰ ਕੇ ਆਉਣ ਲੱਗਾ ਮਾਨ ਮੱਤਿਆ ਬਾਣਾ ਗੁਰੂ ਜੀ ਪ੍ਰੇਮ ਵਾਲਾ ਮਾਰ ਕੇ ਹੰਕੜੀ ਦੀ ਕੱਡੋ ਸੱਤਿਆ ਸੰਗਤਾਂ ਵਾਸਤੇ ਲੋਕ ਰੰਗ ਕੰਪਨੀ ਜੋ ਕੈਨੇਡਾ ਵਿੱਚ ਵੀ ਰੈਡੀਓ ਰਹੀ ਅੱਜ ਦੇ ਸਮੇਂ ਇੱਕ ਬਹੁਤ ਪਿਆਰੀ ਸੇਵਾ ਦੇ ਰਹੀ ਹੈ ਵਿਸ਼ਵ ਪੱਧਰ ਵਿੱਚ ਉਹਨਾਂ ਵੱਲੋਂ ਕੈਸਟਰ ਰਿਕਾਰਡ ਕੀਤੀ ਜਾ ਰਹੀ ਹੈ ਤੇ ਮਾਸਟਰ ਵਰਲਡ ਸਟੂਡੀਓ ਲੁਧਿਆਣਾ ਵਿੱਚ ਰਿਕਾਰਡਿੰਗ ਹੋ ਰਹੀ ਹੈ ਅਤੇ ਤੁਹਾਡੇ ਉਹੀ ਪੁਰਾਣੇ ਜੋ ਇਸ ਤੋਂ ਪਹਿਲਾਂ अनेका ਕੈਸਟਾਂ ਵਿੱਚ ਤੁਸੀਂ ਸਰਵਨ ਕਰ ਚੁੱਕੇ ਹੋ ਲਖਮੀਰ ਸਿੰਘ ਮਸਤ ਕਾਲਵਾ ਤਰਨਤਾਰਨ ਵਾਲਿਆਂ ਦਾ ਕਵੀਸ਼ਰ ਜਥਾ ਜਸ਼ਵੰਤ ਸਿੰਘ ਜੀ ਕਰਮੂ ਵਾਲਾ ਸਤਨਾਮ ਸਿੰਘ ਚੀਮਾ ਅਤੇ ਨਰਵੈਰ ਸਿੰਘ ਪੰਨੂ ਜਦੋਂ ਵੀ ਤੁਸੀਂ ਇਸ ਜਥੇ ਨੂੰ 9815293984 ਜਾਂ 88472 65057 ਤੇ ਕਾਲ ਕਰਦੇ ਹੋ ਆਪ ਜੀ ਦੇ ਦੁਨੀਆ ਪਰ ਵਿੱਚ ਜਿੱਥੇ ਵੀ ਗੁਰੂ ਰਹਿਮਤ ਕਰਦਾ ਦਰਸ਼ਨ ਦੇਦਾਰੇ ਕਰਦੇ ਹਾਂ ਤੋਂ ਆਓ ਅੱਗੇ ਇਤਿਹਾਸ ਨਾਲ ਰਲ ਕੇ ਚੱਲੀਏ ਰਿਜ਼ਲਟ ਦੇ ਮੰਚ ਤੱਕ ਪਹੁੰਚੀਏ ਪੈਣ ਦੁਆ ਕਰਦੀ ਹੈ ਉਸ ਮੰਚ ਨੂੰ ਸਮਰਪਿਤ ਹੋ ਕੇ ਜਿਸ ਲਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਵੀਰ ਬਾਅਦ ਵਿੱਚ ਅਨੰਦਪੁਰ ਪਹੁੰਚਿਆ ਅਰਦਾਸ ਗੁਰੂ ਦੇ ਚਰਨਾਂ ਵਿੱਚ ਪੈਣ ਦੀ ਪਹਿਲਾਂ ਪਹੁੰਚ ਗਈ ਹੰਕਾਰੀ ਵੀਰ ਨੇ ਜਾ ਕੇ ਇੱਕ ਦਿਨ ਮੌਇਨਾ ਕੀਤਾ ਜੰਗੇ ਮੈਦਾਨ ਦਾ ਹਾਲਾਤਾਂ ਦਾ ਜਾਇਜ਼ਾ ਲਿਆ ਪਰ ਸਤਿਗੁਰੂ ਚ ਐਸੇ ਵੱਡੇ ਕਲਾਵਾਨ ਨੇ ਸਤਰੰਜ ਖੇਡਦੇ ਨੇ ਦਰਖਤ ਥੱਲੇ ਬੈਠੇ ਪਲੰਗੇ ਉੱਤੇ 49 ਇਹ ਸਾਰੇ ਜਰਨੈਲ ਸਤਗੁਰੂ ਤੀਰ ਭੇਜਦੇ ਨੇ ਉਸ ਪਾਵੇ ਵਿੱਚ ਵੱਜਦਾ ਜਿਹਦੇ ਤੇ ਚਾਰੇ ਬੈਠੇ ਨੇ ਕੰਬ ਉੱਠਦੇ ਨੇ ਤੀਰ ਵੇਖਿਆ ਵਿਸ਼ੇ سونے ਦਾ ਛੱਲਾ ਚੜਿਆ 1 ਸਵਾ ਟੋਲੇ ਦਾ ਕਹਿੰਦੇ ਤੇ ਉਹਦਾ ਪੀਰ ਹੈ ਜਿਹਨੂੰ ਜਿੱਤਣ ਲਈ ਅਸੀਂ ਆਏ ਹਾਂ ਚਰਚਾ ਚੱਲੀ ਕਿ ਗੁਰੂ ਕਰਮ ਆਤੀ ਹੈ ਇਹ ਪੀਰਾਂ ਦੀ ਗੱਦੀ ਹੈ ਕਰਮ ਆਤੀ ਸਤਗੁਰੂ ਦਿਲਾਂ ਦੀ ਬੁੱਝਣ ਵਾਲੇ ਨੇ ਉਹਨਾਂ ਨੇ ਇੱਕ ਹੋਰ ਤੀਰ ਤਿਆਰ ਕੀਤਾ ਇੱਕ ਨਾਲ ਖਤ ਲਿਖਿਆ ਉਦੇ ਉੱਤੇ ਲਿਖਿਆ ਕਿ ਮੈਂ ਕਰਮਾਤੀ ਨਹੀਂ ਮੇਰਾ ਇੱਕ ਕਰਤਵ ਹੈ تیر ਦੂਜਾ ਆ ਰਿਹਾ ਮੈਂ ਤੁਹਾਨੂੰ ਮਾਰਨ ਲਈ ਨਹੀਂ ਤੁਹਾਨੂੰ ਸੁਚੇਤ ਕਰਨ ਵਾਸਤੇ ਭੇਜ ਰਿਹਾ ਹਜੇ ਕਹਿ ਰਿਹਾ ਉਸਨ ਗੁਰੂ ਕਰਮਾਤੀ ਹੈ ਉਸੇ ਦਰਖਤ ਦੇ ਟਾਣੇ ਵਿੱਚ ਤੀਰ ਵੱਜਾ ਜਿੱਥੇ ਬੈਠੇ ਸਨ ਕੰਬ ਕੇ ਹਲਚਲ ਮਚ ਗਈ ਤੀਰ ਦੇ ਨਾਲ ਉਹ ਲਿਖਿਆ ਹੋਇਆ ਸੰਦੇਸ਼ ਵੀ ਗੁਰੂ ਦਾ ਪੜਿਆ ਗੁਰੂ ਜੀ ਦੀ ਕਲਾ ਨੂੰ ਕੌਣ ਮਾਪ ਸਕਦਾ ਹੈ ਭੈਣ ਨੇ ਕਿਹਾ ਸੀ ਉਹ ਗੁਰੂ ਜਿੱਤਿਆਂ ਨਹੀਂ ਜਾਣ ਗੁਰੂ ਦੀ ਕਲਾ ਨੂੰ ਇੱਥੇ ਵੀ ਵੇਖ ਲਿਆ ਵੀਰ ਨੇ ਪਰ ਹੰਕਾਰ ਹੈ ਕੁਰਾਨ ਦੀ ਕੀਤੀ ਖਸਮ ਇਹਨੂੰ ਹਰ ਵੇਲੇ ਸੁਚੇਤ ਕਰ ਰਹੀ ਹੈ ਇਹ ਅਗਲੇ ਦਿਨ ਖੁਦ ਜੰਗ ਦੀ ਕਮਾਂਡ ਸੰਭਾਲ ਕੇ ਮੈਦਾਨ ਵਿੱਚ ਜਾਂਦਾ ਹੈ ਲੰਬਾ ਜੰਗ ਚੱਲ ਰਿਹਾ ਸੀ ਕਮਾਂਡਰ ਬਣਿਆ ਅੱਗੇ ਵੱਧਦਾ ਵੱਧਾ ਹੈ ਹਰਾਨੀ ਨਾਲ ਵੇਖਦਾ ਹੈ ਵੀ ਸਾਹਮਣੇ ਕੌਣ ਹੈ ਇਹਦੇ ਤੇ ਜੋ ਇਹਨੂੰ ਸ਼ੱਕ ਸੀ ਉਹ ਨੇੜੇ ਆਉਣ ਤੇ ਬਿਲਕੁਲ ਸਪਸ਼ਟ ਹੋ ਗਿਆ ਉਹ ਸੀ ਸੈਦ ਬੇਗ ਇਹਨੇ ਹੰਕਾਰ ਵਿੱਚ ਆਖਿਆ ਉਹ ਸੈਦ ਬੇਗ ਇਸਲਾਮਕ ਰਾਜ ਵਿੱਚ ਕਾਫਰ ਗੁਰੂ ਦੀ ਮਰੀਦੀ ਕਰਕੇ ਇਸਲਾਮਕ ਫੌਜ ਦਾ ਮੁਕਾਬਲਾ ਕਰ ਰਹੇ ਆ ਲਖ ਲਨਤ ਇਹਨੂੰ ਤੂੰ ਉਸ ਗੁਰੂ ਤੋਂ ਆਪਣਾ ਮੁਰਸ਼ਿਦ ਮੰਨ ਬੈਠਾ ਹੈ ਇਸਲਾਮ ਦੇ ਖਿਲਾਫ ਉਹਨੇ ਉੱਚੀ ਸਰੋਇ ਚ ਉਤਰ ਦਿੱਤਾ ਉਹਨੇ ਕਿਹਾ ਓ ਮਿੱਤਰਾ ਤੂੰ ਅਜੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਜੋ ਦਰਸ਼ਨ ਕੀਤੇ ਹੋਣਾ ਤੇਰੇ ਨਾਲ ਵੀ ਉਹੀ ਕੁਝ ਮੇਰੇ ਨਾਲ ਹੋਇਆ ਤੋ ਸੰਗਤ ਜੀ ਵਿਸ਼ਵ ਦੇ ਸਾਹਮਣੇ ਜੰਗ ਚਮਕੌਰ ਜਿੱਥੇ 10 ਲੱਖ ਨਾਲ 40 ਆਲੇ ਮੁਕਾਬਲਾ ਕੀਤਾ ਪਰ ਉਸੇ ਚਮਕੌਰ ਦੀ ਜੂ ਵਿੱਚ ਸਤਿਗੁਰੂ ਕ੍ਰਿਸ਼ੇਤਰ ਤੋਂ ਆ ਰਹੇ ਸਨ ਵਾਪਸ ਤਰਮਦਾ ਉਪਦੇਸ਼ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਹੀ ਸੈਦ ਬੇਗ ਜਿਹਦੇ ਨਾਲ ਸੈਦ ਖਾਨ ਗੱਲ ਕਰ ਰਿਹਾ ਹੈ ਇਹ ਲਾਹੌਰ ਤੋਂ ਖਜ਼ਾਨਾ ਲੈ ਕੇ ਭਾਰੀ ਫੌਜ ਨਾਲ ਦਿੱਲੀ ਨੂੰ ਜਾ ਰਹੇ ਸਨ 22 ਧਾਰਿਆਂ ਦੀ ਚੁਕਣਾ ਤੇ ਉਹਨਾਂ ਨੂੰ ਦਿੱਤੇ ਲਾਲਚ ਤੇ ਇਹਨਾਂ ਨੇ ਗੁਰੂ ਉਤੇ ਹਮਲਾ ਕਰ ਦਿੱਤਾ ਉਧਰ ਜਿਸ ਦੇ ਸਿਰ ਉਤੇ ਸਾਈ ਹੈ ਉਹਨੂੰ ਕਿਸ ਦਾ ਦੁੱਖ ਹੋ ਸਕਦਾ ਹੈ ਕਿੱਥੇ ਖਤਰਾ ਹੋ ਸਕਦਾ ਹੈ ਰੱਬ ਨੇ ਐਸਾ ਭਾਣਾ ਵਰਤਾਇਆ 500 ਸਿੰਘ ਅਨੰਦਪੁਰ ਸਾਹਿਬ ਤੋਂ ਆ ਗਏ ਇਹ ਚਾਹੁੰਦੇ ਸੀ ਅੱਜ ਗੁਰੂ ਥੋੜੇ ਸਿੱਖਾਂ ਨਾਲ ਹੈ ਕਤਲ ਕਰ ਦਿਓ ਜਾਂ ਬੰਦੀ ਬਣਾ ਲਓ ਤੇ ਸਿਤਾਇਆ ਨਿਕਲਿਆ ਕਿ ਸ਼ਹੀਦ ਫੌਜਾਂ ਨੂੰ ਖਜ਼ਾਨਾ ਛੱਡ ਕੇ ਭੱਜਣਾ ਪਿਆ ਇਸ ਅਨਹੋਣੀ ਨੂੰ ਤੱਕਦਿਆਂ ਇਹੀ ਸ਼ਾਇਦ ਬੇਗ ਜਿਹੜਾ ਕਦੀ ਔਰੰਗਜ਼ੇਬ ਕੋਲੋਂ ਤਮਗੇ ਲੈਂਦਾ ਸੀ ਅਨਾਮ ਪ੍ਰਾਪਤ ਕਰਦਾ ਸੀ ਇਹਨੇ ਕਿਹਾ ਮੈਂ ਤੇ ਜ਼ਿੰਦਗੀ ਐਵੇਂ ਗੱਲ ਲਈ ਇਹ ਮਰੀਦ ਬਣ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸ ਦਿਨ ਤੋਂ ਲੈ ਕੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਰੀਦ ਚੱਲਿਆ ਰਿਹਾ ਸੀ ਇਹਨੇ ਹੰਕਾਰੀ ਸ਼ੈਦ ਖਾਨ ਨੂੰ ਕਿਹਾ ਓਏ ਜਿਵੇਂ ਉਸ ਗੁਰੂ ਦੇ ਨੈਣਾਂ ਦੀ ਮਾਰ ਮੈਂ ਨਹੀਂ ਚੱਲੀ ਜਦੋਂ ਤੂੰ ਸਾਹਮਣੇ ਆਇਆ ਉਹ ਤੇਰੇ ਨਾਲ ਵੀ ਇਹੀ ਕੁਝ ਵਾਪਰੇਗਾ ਕਇਸਾ ਹੈ ਮੇਰਾ ਮਹਿਰਮ ਦੁਨੀਆ ਨੂੰ ਤਰਨ ਵਾਲਾ ਸੈਦ ਬੇਗ ਦੀ ਇਸ ਗੱਲ ਨੇ ਵੀ ਇਹਦੇ ਅੰਦਰ ਤੱਕ ਥੁਰ ਤੱਕ ਇਹਨੂੰ ਹਲਾ ਕੇ ਰੱਖ ਦਿੱਤਾ ਪਰ ਇਹਦਾ ਹੰਕਾਰ ਤੇ ਕੁਰਾਨ ਦੀ ਕਸਮ ਇਹਨੂੰ ਅਸਲੀ ਟਿਕਾਣੇ ਵੱਲ ਨਹੀਂ ਆਉਣ ਦਿੰਦੀ ਭੈਣ ਦੀਆਂ ਆਵਾਜ਼ਾਂ ਵੀ ਇਹਦੇ ਕੰਨਾਂ ਵਿੱਚ ਗੂੰਜਦੀਆਂ ਨੇ ਇਹ ਹਰ ਗੱਲ ਨੂੰ ਮਹਿਸੂਸ ਕਰਦਾ ਵੀ ਹੰਕਾਰ ਤੋਂ ਮੁਕਤ ਨਹੀਂ ਹੁੰਦਾ ਅਗਲੇ ਦਿਨ ਤੇ ਜ਼ਿੰਦਗੀ ਦੇ ਚੱਲਦੇ ਜੀਵਨ ਧਾਰਾ ਦੇ ਆਖਰੀ ਦਿਨ ਮੈਂ ਕਹਾਂਗਾ ਇਹ ਮੈਦਾਨ ਵਿੱਚ ਨਿਕਲਿਆ ਇਹਨੇ ਵੰਗਾਰਨਾ ਸ਼ੁਰੂ ਕੀਤਾ ਏ ਜੇ ਪੀਰਾਂ ਦੇ ਪੀਰ ਵਿੱਚ ਹਿੰਮਤ ਹੈ ਤੇ ਮੇਰੇ ਸਾਹਮਣੇ ਆਵੇ ਕਿਉਂਕਿ ਇਹਨੂੰ ਗੁਰੂ ਦੀ ਅਜ਼ਮਤ ਬਾਰੇ ਵੀ ਸੁਚੇਤ ਸੀ ਬਿਰਤੀ ਔਰ ਇਹ ਚਾਹੁੰਦਾ ਸੀ ਮੈਂ ਅੱਖਾਂ ਸਾਹਮਣੇ ਵੇਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਹ ਵਿੱਚ ਨਾ ਕਿਦਰੇ ਕਿਸੇ ਨਾਲ ਲੜਾਂ ਤਾਂ ਸਤਿਗੁਰੂ ਦਿਲਾਂ ਦੀ ਬੁੱਝਦੇ ਨੇ ਹੋਏ ਨੇ ਨੀਲੇ ਤਸਵਾਰ ਨਿਕਲੇ ਕਿਲੇ 'ਚੋਂ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆਏ ਨੇ ਇਹਦੇ ਅੰਦਰਲੇ ਹੰਕਾਰ ਨੂੰ ਦੂਰ ਕਰਨ ਲਈ ਕਿਉਂਕਿ ਨੇ ਕੁਰਾਨ ਦੀ ਸੌਖਾ ਦੀ ਹੈ ਧਰਮ ਦੀ ਸੌਖਾ ਦੀ ਹੈ ਇਸ ਦੀ ਸੌਖਾ ਦੀ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਸੰਕਾਰੀ ਜਰਨੈਲ ਨੂੰ ਇਹੋਂ ਕਰਦੇ ਕੈਨ ਦੇ ਸਹਿਬਲ ਕਾਰ ਸੈਦਖਾਨਾ ਕਰਵਾਰ ਤੈਨੂੰ ਬੜਾ ਹੰਕਾਰ ਸ਼ਦਾਂਗੇ ਪਲਾਜ ਹੈਂਕਰ ਉਹ ਤਾਰ ਕੇ ਉਹ ਛਾੜ ਆਇਆ ਮਾਰ ਨਾਰੇ ਲੈ ਕੇ ਨਾਲ ਯੋਦੇ ਭਾਰੇ ਵੇਖ ਰਣ ਚ ਨਜ਼ਾਰੇ ਪਹਿਲਾ ਵਾਰ ਕਰ ਕੇ ਨਾ ਸਜ

ਮੈਦਾਨ ਵਿੱਚ ਸੈਦ ਖਾਨ ਨੂੰ ਗੁਰੂ ਵੰਗਾਰਦੇ ਨੇ ਦੂਰੀ ਮੁੱਕਦੀ ਗਈ ਦੋਵੇਂ ਇੱਕ ਦੂਜੇ ਦੇ ਨੇੜੇ ਆਉਂਦੇ ਗਏ ਜਿੱਥੇ ਇੱਕ ਦੂਜੇ ਦੀ ਪੂਰੀ ਪਛਾਣ ਹੋ ਸਕੇ ਜਿੱਥੇ ਇੱਕ ਦੂਜੇ ਨੂੰ ਵੇਖਿਆ ਜਾ ਸਕੇ ਸੈਦ ਖਾਨ ਦੇ ਸਾਹਮਣੇ ਜਿੱਥੇ ਗੁਰੂ ਦੀ ਅਜ਼ਮਤ ਉਹਨੂੰ ਪ੍ਰੇਰਿਤ ਕਰ ਰਹੀ ਸੀ ਉੱਥੇ ਉਹਦਾ ਜਨਮ ਤੋਂ ਲੈ ਕੇ ਚੱਲ ਆ ਰਿਹਾ ਹੰਕਾਰ ਤੇ ਉਹਦੇ ਦੀਨ ਦੀ ਉਹਦੇ ਇਸ਼ਟ ਦੀ ਕੁਰਾਨ ਦੀ ਖਾਦੀ ਹੋਈ ਕਸਮ ਉਹਨੂੰ ਪੁਰਜਾ ਪੁਰਜਾ ਕੱਟ ਜਾਣ ਵਾਸਤੇ ਪ੍ਰੇਰਿਤ ਕਰ ਰਹੀ ਸੀ ਉਹਨੇ ਉਸ ਮੰਚ ਤੋਂ ਹੱਥ ਵਧਾਇਆ ਪੱਥੇ ਚੋਂ ਤੀਰ ਖਿੱਚਣ ਲਈ ਪਰ ਉਹਨੂੰ ਇੰਝ ਮਹਿਸੂਸ ਹੋਇਆ ਜਿਵੇਂ ਹੱਥ ਕੰਮ ਨਹੀਂ ਕਰ ਰਿਹਾ ਉਹਨੇ ਤਲਵਾਰ ਨੂੰ ਮਿਆਨ ਚੋਂ ਖਿੱਚਣਾ ਚਾਹਿਆ ਜਿਹੜੀ ਪਾਣੀੋਂ ਪਤਲੀ ਹੱਥ ਦੇ ਇਸ਼ਾਰੇ ਤੋਂ ਪਹਿਲਾਂ ਮਿਆਨ ਤੋਂ ਬਾਹਰ ਆਉਂਦੀ ਸੀ ਇੰਝ ਜਾਪੇ ਜੰਗਾਲ ਦੀ ਸਦੀਆਂ ਦੀ ਖਾਦੀ ਹੋਈ ਮਿਆਨ ਦਾ ਸਾਥ ਨਹੀਂ ਛੱਡਦੀ ਅਸਲ ਵੀ ਸਚਾਈ ਇਹ ਸੀ ਕਿ ਅੰਦਰੋਂ ਸਤਿਗੁਰੂ ਜੀ ਨੇ ਆਪਣੇ ਨੈਣਾਂ ਦਾ ਪ੍ਰਭਾਵ ਪਾ ਕੇ ਉਹਨੂੰ ਗਿਆਨ ਦਾ ਤੀਰ ਮਾਰ ਦਿੱਤਾ ਸੀ ਕਿਉਂਕਿ ਪੈਣ ਨਸੀਰਾਂ ਦੀ ਉਹ ਅਵਸਥਾ ਦੀ ਬੇਨਤੀ ਜੋ ਖੁਦਾ ਦੇ ਕਰ 100% ਪੂਰੀ ਹੋਣੀ ਸੀ ਇਸ ਤੋਂ ਉਪਰ ਹੋਰ ਕੋਈ ਹਸਤੀ ਨਹੀਂ ਕਿਉਂਕਿ ਹਰ ਹਰ ਜੰਦੋ ਏਕ ਹੈ ਬਿਬੇਚਾਰ ਕ੍ਰਿਸ਼ਨ ਹੈ ਤੇ ਜਨ ਬਣ ਕੇ ਕੀਤੀ ਹੈ ਪੈਣ ਨੇ ਅਰਦਾਸ ਜਿਸ ਨੂੰ ਪੂਰੀ ਕਰਨਾ ਗੁਰੂ ਦਾ ਮੁਖਮੰਤਵ ਸੀ ਮੇਰੇ ਸਤਿਗੁਰੂ ਜੀ ਨੇ ਇਹਦੇ ਅੰਦਰ ਹੰਕਾਰ ਦੀਆਂ ਜੜ੍ਹਾਂ ਨੂੰ ਗਿਆਨ ਦੇ ਤੀਰ ਨਾਲ ਤੋਂ ਗੁਰੂ ਦੇ ਗਿਆਨ ਦੇ ਤੀਰ ਨੈਣਾਂ ਦੇ ਕਬੀਰ ਸਤਗੁਰ ਸੂਰਮੇ ਵਾਇਆ ਬਾਣ ਜੋ ਏਕ ਲਗਤ ਹੀ ਪੋਏ ਐਸੀ ਹਾਲਤ ਬਣ ਗਈ ਇਹਦਾ ਹੰਕਾਰ ਦਾ ਸਿਰ ਜਿਹੜਾ ਉੱਚਾ ਸੀ ਉਹ ਨੀਵਾ ਹੋ ਗਿਆ ਇਹਦੇ ਅੰਦਰੋਂ ਦੁਆਵਾਂ ਨਿਕਲੀਆਂ ਇਹਦੇ ਅੰਦਰੋਂ ਪੁਕਾਰਾਂ ਨਿਕਲੀਆਂ ਤਰਾਸ ਦੀ ਦਰਦਾਂ ਨਿਕਲੀਆਂ ਉਹਨਾਂ ਦੀ ਆਵਾਜ਼ ਸੀ ਪ੍ਰੀਤਮਾ ਮੇਰੇ ਸਾਰੀ ਭੁੱਲ ਨੂੰ ਮਾਫ ਕਰਕੇ ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਦੇ ਪਿਆ ਜੀਵ ਤੇ ਪ੍ਰਮਾਤਮਾ ਦੇ ਦਰਮਿਆਨ ਹੋਮੇਦੀ ਹੈ। ਤੋਂ ਪੂਰੇ ਗੁਰੂ ਨੇ ਰਹਿਮਤ ਕਰਕੇ ਦੀਵਾਰ ਦੀਆਂ ਜਣਾ ਹਲਾ ਦਿੱਤੀਆਂ। ਸੈਦ ਖਾਨ ਨੇ ਖਬੀਰ ਕਾਬ ਤੇ ਪਾਇਆ ਭਾਰ। ਉੱਡਣੇ ਘੋੜੇ ਤੋਂ ਮਾਰੀ ਛਾਲ, ਤਲਵਾਰ ਛੁੱਟ ਦਿੱਤੀ, ਤੀਰਾਂ ਦਾ ਪੱਥਾ ਛੁੱਟ ਦਿੱਤਾ, ਤੀਰ ਛੁੱਟ ਦਿੱਤੇ। ਲੋਕ ਵੇਖ ਰਿਹਾ ਸੀ ਕਿ ਆ ਪਾਗਲ ਬਣ ਗਿਆ। ਤੋਂ ਵਾ ਕਿਆ ਗੁਰੂ ਦਾ دیਵਾਨਾ ਸੀ। ਆਇਆ ਚੁੰਮਦਾ ਗੁਰੂ ਦੇ ਸੱਜੇ ਕਦਮਾਂ ਨੂੰ ਚੁੰਮ ਰਿਹਾ ਹੈ। ਮੇਰੇ ਸਤਿਗੁਰੂ ਜੀ ਇਹਨੂੰ ਫਿਰ ਦਲੇਰੀ ਦਿੰਦੇ ਨੇ ਉਹ ਸੈਦ ਖਾਨ। ਉਹ ਜਰਾ ਪਿੱਛੇ ਨੂੰ ਝਾਤੀ ਮਾਰ ਲਾ। ਤੂੰ ਕਰਾਮ ਦੀ ਕਸਮ ਖਾ ਕੇ ਵੀ ਹੈ ਤੂੰ ਖੁਦਾ ਨੂੰ ਜਮਨ ਲੈ ਕੇ ਆਇਆ ਹੈ ਇਹਦੀ ਤਰਫ ਦੀ ਆਤਮਾ ਕਹਿ ਰਹੀ ਸੀ ਤੇਰੇ ਤੋਂ ਬਾਦ ਖੁਦਾ ਦੁਨੀਆ ਵਿੱਚ ਕੌਣ ਹੋ ਸਕਦਾ ਹੈ ਮੈਂ ਤੇਰੇ ਦਰ ਦਾ ਭਿਖਾਰੀ ਹਾਂ ਇੱਕ ਦਾਤ ਬਖਸ਼ਿਸ਼ ਕਰ ਦੇ ਤੋ ਰਹਿਮਤਾਂ ਦੇ ਸੈਨਿਕਾਂ ਕਿਹੜੀ ਦਾਤ ਚਾਹੀਦੀ ਹੈ ਇਹਨੇ ਕਿਹਾ ਸਤਿਗੁਰੂ ਤੁਹਾਡੇ ਸੱਜੇ ਹੱਥ ਦਾ ਜਿਹੜਾ ਤਸਬੀ ਹੈ ਇਸਲਾਮ ਵਿੱਚ ਤਸਬੀ ਕਹਿੰਦੇ ਨੇ ਇਹ ਛੋਟੀ ਤਸਬੀ ਮੈਨੂੰ ਦੇ ਦਿਓ ਆਓ ਜਰਾ ਤੱਕੋ ਹੰਕਾਰ ਜਣਾ ਤੋਂ ਹਿਲ ਚੁਕਿਆ ਪੂਰੇ ਗੁਰੂ ਨੇ ਸਚੀ ਅਰਦਾਸ ਨੂੰ ਸੰਪੂਰਨ ਕਰਨ ਲਈ ਰਹਿਮਤ ਵਰਤਾ ਦਿੱਤੀ ਤਾਂ ਗੁਰੂ ਦੇ ਚਰਨ ਚੁੰਮਦਾ ਹੰਕਾਰੀ ਪਠਾਨ ਗੁਰੂ ਦੇ ਚਰਨਾਂ ਦਾ ਪੌੜਾ ਬਣਿਆ ਇਉਂ ਤਰਲੇ ਲੈ ਰਿਆ ਤਰਲੇ ਲੈ ਲੈ ਕੇ ਸੈਦ ਖਾਨ ਆਖੇ ਤਰਲੇ ਲੈ 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 ਕੇ ਸੈਦ ਖਾਨ ਆਖੇ ਸੀਨਾ ਵੇਨ

ਮਰੀਦ ਬਣ ਕੇ ਸਿਮਰਨਾ ਫੜ ਲਿਆ ਤਾਰੀਖ ਦੇ ਪੰਨਿਆਂ ਵਿੱਚ ਉਹਨੂੰ ਸੈਦੇ ਸ਼ਾਹ ਫਕੀਰ ਦੁਨੀਆ ਨੇ ਕਹਿ ਕੇ ਮੱਥਾ ਟੇਕਿਆ ਕੈਸੀ ਕਰਾਮਾਤ ਗੁਰੂ ਦੀ ਇੱਕ ਵਿਗੜਿਆ ਵਰਾਗੀ ਦੱਖਣ ਦੇੜ ਵਿੱਚ ਮਿਲਦਾ ਹੈ ਉਹਨੂੰ ਬੰਦਾ ਬਹਾਦਰ ਲੋਹੇ ਦਾ ਸੁਹਾਗਾ ਐਸਾ ਬਣਾ ਦੇਣਾ ਤੇ ਇੱਕ ਹੰਕਾਰੀ ਜਰਨੈਲ ਨੂੰ ਸਾਥ ਬਣਾ ਦੇਣਾ ਇਹ ਮੇਰੇ ਗੁਰੂ ਦੀ ਕਰਨੀ ਹੈ ਗੁਰੂ ਦੀ ਕੀਰਤੀ ਅਧਨੇ ਅਣਜਾਣ ਮਨੁੱਖਾਂ ਕੋਲੋਂ ਕਰਦਿਆਂ ਬਹੁਤ ਸਾਰੀਆਂ ਭੂਲਾਂ ਹੋ ਸਕਦੀਆਂ ਨੇ ਇਹ ਤੁਹਾਡੇ ਉਹੀ ਦਸ ਅੰਦਸ ਕਵੀਸ਼ਰ ਲਖਮੀਰ ਸਿੰਘ ਮਸਤਰਨ ਤਰਨ ਵਾਲੇ ਸਾਥੀ ਜਸਵੰਤ ਸਿੰਘ ਜੀ ਨਰਵੈਰ ਸਿੰਘ ਜੀ ਤੇ ਸਤਨਾਮ ਸਿੰਘ ਜੀ ਜਦੋਂ ਵੀ ਤੁਸੀਂ 9815293 984 ਤੇ ਯਾਦ ਕਰਦੇ ਹੋ 88 472 69057 ਤੇ ਯਾਦ ਕਰਦੇ ਹੋ ਦੁਨੀਆ ਪਰਵੇ ਚ ਆਪ ਜੀ ਦੇ ਦਰਸ਼ਨ ਦੇਦਾਰੇ ਕਰਦੇ ਹਾਂ ਜੀ ਭੁੱਲਾ ਨਾ ਜਤਾਰ ਕੇ ਸਾਰੀ ਸੰਗਤ ਖਿਮਾ ਬਖਸ਼ ਕਰੋ ਗੁਰ ਫਤੇ ਰਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ